ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਜੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੀ ਰਹਿਨੁਮਾਈ ਮਿਲੀ ਹੈ। ਆਪਾਂ ਜੀਵ ਬਹੁਤ ਵੱਡੇ ਭਾਗਾਂ ਵਾਲੇ ਹਾਂ। ਇੱਕ ਹੁਣ ਜੀਵ ਕਿਹਨੂੰ ਕਿਹਾ ਗਿਆ? ਇਹ ਸਰੀਰ ਨੂੰ ਨਹੀਂ ਕਿਹਾ ਗਿਆ, ਮਨ ਨੂੰ ਕਿਹਾ ਗਿਆ। ਸਾਡਾ ਮਨ ਬਹੁਤ ਹੀ ਵੱਡੇ ਭਾਗਾਂ ਵਾਲਾ ਹੈ, ਜਿਸ ਨੂੰ 84 ਲੱਖ ਜੂਨ ਦੇ ਵਿੱਚੋਂ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਜੂਨੀ ਮਿਲੀ ਹੈ, ਉਹ ਹੈ ਮਨੁੱਖਾ ਦੇਹੀ ਆਪਾਂ ਨੂੰ ਮਿਲੀ ਹੋਈ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਮਨੁੱਖਾ ਦੇਹੀ ਕਿਸ ਮਕਸਦ ਵਾਸਤੇ ਮਿਲੀ ਹੈ? ਤੇ ਉਹ ਦੱਸਦੇ ਨੇ ਇਹ ਮਾਲਕ ਨੂੰ ਮਿਲਣ ਵਾਸਤੇ ਮਿਲੀ। ਇਹਦੇ ਵਿੱਚ ਸਾਡਾ ਮਨ ਮਾਲਕ ਨੂੰ ਮਿਲ ਸਕਦਾ ਹੈ, ਭਈ ਪ੍ਰਾਪਤ ਮਾਨੁਖ ਬੋਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਸਾਰੇ ਜਾਣੇ ਤੁਸੀਂ ਚੈੱਕ ਕਰੋ ਆਪਦੇ ਆਪ ਨੂੰ, ਆਪਦੇ ਅੰਦਰ ਨਿਗਾਹ ਮਾਰੋ ਕਿ ਆਪਾਂ ਮਿਲ ਲਏ, ਅਸੀਂ ਗੋਬਿੰਦ ਨੂੰ ਦੇਖ ਲਿਆ, ਅਸੀਂ ਉਹਦੇ ਨਾਲ ਮਿਲਾਪ ਕਰ ਲਿਆ ਕਿ ਨਹੀਂ ਕਰ ਲਿਆ। ਜੇ ਤਾਂ ਕਰ ਲਿਆ ਫਿਰ ਤਾਂ ਤੁਹਾਡਾ ਆਉਣਾ ਸਫਲ ਹੋ ਗਿਆ, ਤੇ ਜੇ ਨਹੀਂ ਦੇਖਿਆ ਵੀ ਨਹੀਂ ਤੇ ਸੁਣਿਆ ਵੀ ਨਹੀਂ, ਮਿਲਾਪ ਨਹੀਂ ਹੋਇਆ, ਤਾਂ ਫਿਰ ਗੁਰਮੁਖ ਪਿਆਰਿਓ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣ, ਤੇ ਮਿਲਾਪ ਤੋਂ ਬਿਨਾਂ ਅਸੀਂ ਦੇਹ ਛੱਡ ਗਏ, ਸਾਡਾ ਮਨ ਸਰੀਰ ਛੱਡ ਗਿਆ, ਤਾਂ ਸੰਭਲੋ ਮੌਕਾ ਹੱਥੋਂ ਨਿਕਲ ਗਿਆ, ਦੁਬਾਰਾ ਫਿਰ ਯੁੱਗਾਂ ਦੇ ਯੁੱਗ ਲੱਗ ਜਾਂਦੇ ਆ ਮਨੁੱਖ ਦੇ ਹੀ ਲੈਣ ਵਾਸਤੇ। ਮਹਾਰਾਜ ਬਾਣੀ ਦੱਸਦੇ ਨੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਤ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾਨ। ਕਹਿੰਦੇ ਹੁਣ ਮਿਲਣ ਦੀ ਵਾਰੀ ਹੈ, ਕੋਈ ਕੋਸ਼ਿਸ਼ ਨਹੀਂ ਕਰਦਾ। ਦੁਨਿਆਵੀ ਕੰਮਾਂ ਦੀ, ਦੁਨਿਆਵੀ ਚੀਜ਼ਾਂ ਇਕੱਠੀਆਂ ਕਰਨ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਨਾਲ ਨਹੀਂ ਜਾਂਦੀਆਂ, ਤੇ ਜਿਹਨੇ ਨਾਲ ਜਾਣਾ ਉਹਦਾ ਸਾਨੂੰ ਭੇਦ ਹੀ ਨਹੀਂ। ਸਾਨੂੰ ਬਹੁਤ ਸਮਾਂ ਲੰਘ ਗਿਆ, ਮਿਲੇ ਨਹੀਂ ਦੁਬਾਰਾ। ਤੇ ਕੀ ਕਹਿ ਰਹੇ ਨੇ, ਆਵਾਜ਼ ਦੱਸ ਰਹੇ ਨੇ, ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਇਹਦੇ ਨਾਲ ਹੀ ਅੱਗੇ ਦੱਸਤਾ, ਕਹਿੰਦੇ ਚਿਰ ਹੋਆ ਦੇਖੇ ਸਾਰੰਗ ਪਾਣੀ, ਧਾਨਸੂ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ। ਦੇਸ਼ ਕਿਹਨੂੰ ਕਹਿੰਦੇ ਨੇ? ਆ ਸਰੀਰ ਨੂੰ। ਕਹਿੰਦੇ ਸਰੀਰ ਦੇ ਵਿੱਚ ਮਨ, ਜਿਸ ਮਨ ਦੇ ਵਿੱਚ ਤੂੰ ਵਸ ਗਿਆ ਉਹ ਦੇਸ਼ ਧਨ ਹੈ। ਤੇ ਹੁਣ ਸਾਡੇ ਅੰਦਰ ਤਾਂ ਵਸਿਆ ਹੀ ਨਹੀਂ, ਤੇ ਅਸੀਂ ਆਪਦੇ ਆਪ ਨੂੰ ਧਨ ਕਿਵੇਂ ਕਹਿ ਦਿਆਂਗੇ? ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਨਾ ਉਹਨੂੰ ਸੁਣਿਆ ਤੇ ਨਾ ਉਹਨੂੰ ਦੇਖਿਆ। ਤੇ ਜਿਨ੍ਹਾਂ ਨੇ ਉਹਨੂੰ ਸੁਣ ਲਿਆ, ਜਿਨ੍ਹਾਂ ਨੇ ਉਸ ਮਾਲਕ ਨੂੰ ਦੇਖ ਲਿਆ, ਉਹ ਫਿਰ ਗਰਭ ਵਿੱਚ ਨਹੀਂ ਆਉਣਗੇ, ਉਹ ਜੂਨਾਂ 'ਚ ਨਹੀਂ ਆਉਣਗੇ। ਤੇ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਫਿਰ ਉਹ ਗਰਭਾਸ ਦੇ ਵਿੱਚ, ਗਰਭ ਦੇ ਵਿੱਚ ਨਹੀਂ ਆਉਣਗੇ ਜਿਨ੍ਹਾਂ ਨੇ ਮਾਲਕ ਨੂੰ ਸੁਣਿਆ, ਦੁਨੀਆਂ ਬਣਾਉਣ ਵਾਲੇ ਨੂੰ ਸੁਣਿਆ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੁਣਿਆ, ਉਹਨਾਂ ਦੀ ਆਵਾਜ਼ ਨੂੰ ਗੁਰਬਾਣੀ ਵਿੱਚ ਨਾਮ, ਤੇ ਨਾਮ ਦਾ ਜ਼ਿਕਰ ਗੁਰਬਾਣੀ 'ਚ ਵਾਰ ਵਾਰ ਆਉਂਦਾ। ਵਾਰ ਵਾਰ ਮਹਿਮਾ, ਵਡਿਆਈ, ਉਪਮਾ, ਮਹਾਨਤਾ ਨਾਮ ਦੀ ਦੱਸੀ ਜਾ ਰਹੀ। ਕੀ ਕਿਹਾ ਜਾ ਰਿਹਾ? ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ।
ਜੇ ਮੈਂ ਸ਼ਬਦ ਨਾਮ ਦੇ ਲਗਾਤਾਰ ਕਈ ਪੜ੍ਹ ਦਿੰਦਾ। ਹਾਂਜੀ, ਤੇ ਉਹ ਕਹਿੰਦੇ ਜੇ ਤੁਸੀਂ ਮੰਗਣਾ ਵੀ ਆ ਤਾਂ ਨਾਮ ਹੀ ਮੰਗੋ, ਬਿਨ ਤੋਦੋ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਫਿਰ ਕੀ ਕਹਿੰਦੇ, ਕਹਿੰਦੇ ਕਰਤਾ ਤੂੰ ਮੇਰਾ ਜਜਮਾਨ, ਇੱਕ ਦਸ਼ਨਾ ਹਉ ਤੈ ਪੈ ਮੰਗੂ ਦਿਓ ਆਪਣਾ ਨਾਮ। ਸੱਚੇ ਪਾਤਸ਼ਾਹ ਇੱਕੋ ਦਖਣਾ ਮੰਗਦਾ, ਪਿੱਛਿਆ ਮੰਗਦਾ ਤੇਰੇ ਤੋਂ, ਸੱਚੇ ਪਾਤਸ਼ਾਹ ਮੈਨੂੰ ਨਾਮ ਦੇ। ਹੁਣ ਅਸੀਂ ਨਾਮ ਕਿਉਂ ਮੰਗਦੇ ਹਾਂ? ਕਿਉਂਕਿ ਜਦੋਂ ਅਸੀਂ ਮਾਂ ਦੇ ਪੇਟ ਚੋਂ ਬਾਹਰ ਆਏ ਸੀ ਉਦੋਂ ਲਿਵ ਨਹੀਂ ਸੀ ਟੁੱਟੀ। ਜਦੋਂ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਲਿਵ ਉਦੋਂ ਨਹੀਂ ਟੁੱਟਦੀ। ਥੋੜੇ ਜਿਹੇ ਸਕਿੰਟਾਂ ਬਾਅਦ ਜਿਹੜੇ ਕੋਲੇ ਹੈਲਪ ਕਰਨ ਵਾਲੇ ਹੁੰਦੇ ਨੇ ਧੀਆਂ ਭੈਣਾਂ ਦੀ, ਬੱਚੇ ਵੇਲੇ ਦਾਈ ਹੁੰਦੀ ਆ ਜਾਂ ਨਰਸ ਡਾਕਟਰ ਹੁੰਦੇ ਨੇ, ਉਹ ਬੱਚੇ ਦੀਆਂ ਪੈਰਾਂ ਦੀਆਂ ਤਲੀਆਂ ਤੇ ਪੈਰਾਂ ਦੀਆਂ ਤਲੀਆਂ ਨੂੰ ਉੱਪਰ ਕਰ ਲੈਂਦੇ ਆ, ਸਿਰ ਥੱਲੇ ਕਰ ਲੈਂਦੇ, ਉੱਤੇ ਐਂ ਮਾਰਦੇ ਆ, ਉਦੋਂ ਧਮਕ ਪੈਂਦੀ ਆ। ਇੱਥੇ ਇੱਥੇ ਜਦੋਂ ਧਮਕ ਪੈਂਦੀ ਆ, ਉਹ ਨਾੜੀ ਜਿਹੜੀ ਸੁਖਮਣਾ ਨਾੜੀ ਆ ਜਿਹਦੇ 'ਚ ਪ੍ਰਕਾਸ਼ ਚੱਲਦਾ, ਉਹ ਸੁੰਗੜ ਜਾਂਦੀ। ਸੁੰਗੜ ਜਾਂਦੀ ਇਸ ਸਿਰੇ ਤੋਂ, ਇਹ ਨਾਭੀ ਵਾਲੇ ਸਿਰੇ ਤੋਂ ਜਿੱਥੇ ਨਾੜੂਆ ਹੁੰਦਾ, ਜਿੱਥੇ ਨਾੜੂਆ ਹੁੰਦਾ ਉੱਥੇ ਧਾਗਾ ਬੰਨ੍ਹ ਦਿੰਦੀਆਂ ਸੀ ਪੁਰਾਣੀਆਂ ਬੀਬੀਆਂ, ਅੱਜ ਕੱਲ੍ਹ ਚੂੰਡੀ ਆ ਗਈ, ਉਹ ਚੂੰਡੀ ਲਾ ਦਿੰਦੇ ਆ, ਬਾਹਰਲਾ ਮਾਸ ਹੌਲੀ ਹੌਲੀ ਸੁੱਕ ਕੇ ਝੜ ਜਾਂਦਾ। ਇਹ ਦੋ ਸਿਰੇ ਨੇ ਸਾਡੇ ਸਰੀਰ ਦੇ ਵਿੱਚ, ਜਿਨ੍ਹਾਂ ਦਾ ਮੁਖੀ ਆਪ ਮਾਲਕ, ਦੋ ਸਿਰਿਆਂ ਕਾ ਆਪ ਸੁਆਮੀ, ਕਿਲੇ ਵਿਕਸੇ ਅੰਤਰ ਜਾਮੀ। ਹੁਣ ਗੁਰਮੁਖ ਪਿਆਰਿਓ, ਗੁਰਬਾਣੀ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਗਈ ਆ। ਜਦੋਂ ਮਾਤਾ ਦੇ ਗਰਭ ਚੋਂ ਬਾਹਰ ਆਏ, ਦਾਈ ਦੁਆਰਾ ਨਰਸ ਦੁਆਰਾ ਉਹ ਐਕਸ਼ਨ ਕੀਤਾ ਗਿਆ, ਉਹ ਹਰ ਇੱਕ ਬੱਚੇ ਦਾ ਹੁੰਦਾ। ਜਿਹੜੇ ਬੱਚੇ ਰੋ ਪੈਂਦਾ ਉਹਨੂੰ ਡਾਕਟਰ ਕਹਿੰਦੇ ਠੀਕ ਆ, ਤੇ ਜਿਹੜਾ ਨਹੀਂ ਰੋਂਦਾ ਉਹਦੀ ਲਿਵ ਨਹੀਂ ਟੁੱਟਦੀ ਛੇਤੀ, ਉਹਨੂੰ ਕਹਿੰਦੇ ਜੀ ਇਹ ਠੀਕ ਨਹੀਂ, ਹਾਲਾਂਕਿ ਉਹ ਠੀਕ ਆ। ਉਲਟ ਹੋ ਗਿਆ ਨਾ ਕੰਮ, ਉਲਟਾ ਖੇਲ ਖਸਮ ਕਾ, ਉਲਟੀ ਗੰਗ ਸਮੁੰਦ ਸਮਾਵੇ। ਹੁਣ ਗੁਰਮੁਖ ਪਿਆਰਿਓ, ਜਦੋਂ ਮਾਰਿਆ ਗਿਆ ਇਸ ਤਰ੍ਹਾਂ ਪੋਲਾ ਜਿਹਾ, ਧਮਕ ਪਈ, ਉਦੋਂ ਲਿਵ ਟੁੱਟੀ ਕਿਹਦੇ ਨਾਲੋਂ? ਨਾਮ ਨਾਲੋਂ। ਕਿਹਦੇ ਨਾਲੋਂ ਜੀ? ਜਿਹਨੂੰ ਆਪਾਂ ਕਹਿੰਦੇ ਹਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦਾ ਪ੍ਰਭਾਵ ਪੈ ਗਿਆ, ਤੇ ਸਭ ਤੋਂ ਪਹਿਲਾਂ ਕਿੰਨੇ ਪ੍ਰਭਾਵ ਪਾਇਆ? ਮੋਹ ਨੇ। ਮਾਂ ਨੇ ਰਿਜਕ ਦਿੱਤਾ, ਦੁੱਧ ਦਿੱਤਾ, ਬੱਚਾ ਮੋਹ ਵਿੱਚ ਫਸ ਗਿਆ। ਸਭ ਤੋਂ ਪਹਿਲੀ ਕਾਰਵਾਈ ਕਿਹਨੇ ਪਾਈ? ਇਹਨਾਂ ਪੰਜਾਂ ਚੋਂ ਮੋਹ ਨੇ ਪਾਈ। ਉਦੋਂ ਮਨ ਦੇ ਗਲ ਵਿੱਚ ਮੋਹ ਦੀ ਫਾਹੀ ਪੈ ਗਈ, ਬੜੀ ਤਿੱਖੀ, ਤੇ ਉਹਨੂੰ ਕਹਿੰਦੇ ਨੇ ਭਰਮ ਵਿੱਚ ਪੈ ਗਿਆ। ਕੀ ਕਿਹਾ ਗਿਆ ਜੀ? ਭਰਮ ਦੀ ਖੂਹੀ ਕਿਹਾ ਗਿਆ। ਕਹਿੰਦੇ ਭਰਮ ਕੀ ਖੂਹੀ, ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਕਹਿੰਦੇ ਬੜੀ ਤਿੱਖੀ ਆ ਮੋਹ ਦੀ ਫਾਸ। ਦੇਖੋ ਹੁਣ ਆਪਾਂ ਇੱਥੇ ਬੈਠੇ, ਥੋੜੀ ਦੇਰ ਬਾਅਦ ਸਮਾਪਤੀ ਹੋਏਗੀ, ਆਪਣੇ ਪਰਿਵਾਰ ਦੇ ਮੈਂਬਰਾਂ ਦੀ ਖਿੱਚ ਸਾਨੂੰ ਘਰੋਂ ਕਰੀ ਲੈ ਜਾਏਗੀ। ਉਹ ਕੌਣ ਖਿੱਚੇਗਾ ਸਾਨੂੰ? ਉੱਥੋਂ ਬੈਠਾ ਮੋਹ, ਮੋਹ ਸਾਨੂੰ ਲੈ ਜਾਏਗਾ। ਰਾਹ ਇੱਧਰ ਉੱਧਰ ਮੁੜਦੇ ਮੁੜਦੇ ਗਲੀਆਂ ਦੇ ਵਿੱਚ ਦੀ ਹੁੰਦੇ, ਆਪਾਂ ਆਪਣੇ ਘਰਾਂ 'ਚ ਚਲੇ ਜਾਂ। ਉਹ ਮੋਹ ਆ, ਮੋਹ ਦੀ ਫਾਹੀ ਪੈ ਗਈ ਸਾਡੇ ਗਲ ਦੇ ਵਿੱਚ, ਬੜੀ ਤਿੱਖੀ। ਹੁਣ ਗੁਰਮੁਖ ਪਿਆਰੇ, ਉਹ ਲਿਵ ਟੁੱਟ ਗਈ ਤੇ ਮਾਇਆ ਦਾ ਪ੍ਰਭਾਵ ਪੈ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਐਸੀ ਲਿਵ ਟੁੱਟੀ। ਹੁਣ ਸੋਚੋ ਸਾਰੇ ਜਾਣੇ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਰੋਜ਼ ਆਉਂਦੇ ਹਾਂ, ਸੋਚੋ ਸਾਰੇ ਜਾਣੇ ਲਿਵ ਕਦੋਂ ਟੁੱਟੀ ਸੀ? ਚਾਰ ਯੁੱਗਾਂ ਦੀ ਚੌਂਕੜੀ ਬਣਾਈ ਮਾਲਕ ਨੇ, ਸਤਿਯੁਗ ਤ੍ਰੇਤਾ ਦੁਆਪਰ ਤੇ ਕਲਯੁਗ। ਸਤਿਯੁਗ ਦੇ ਵਿੱਚ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਪਹਿਲਾ ਯੁੱਗ ਲੱਗਿਆ ਸਤਿਯੁਗ, ਉਦੋਂ ਦੀ ਲਿਵ ਟੁੱਟੀ ਸਾਡੀ, ਉਦੋਂ ਦੀ ਲਿਵ ਟੁੱਟੀ। ਅਸੀਂ ਜੂਨਾਂ ਦੇ ਵਿੱਚ ਪੈ ਗਏ, 1 ਜੂਨ ਚੋਂ 2 ਜੂਨ, 2 ਚੋਂ 3 ਜੂਨ। ਇਹ ਜੂਨਾਂ ਨੂੰ ਸਫ਼ਰ ਕਹਿੰਦੇ ਆ, ਮਨ ਦਾ ਸਫ਼ਰ, ਜਿਵੇਂ ਤਨ ਦਾ ਸਫ਼ਰ ਕਰਦੇ ਹਾਂ,
ਰਿਸ਼ਤੇਦਾਰੀਆਂ 'ਚ ਜਾਂਦੇ ਹਾਂ, ਸ਼ਹਿਰਾਂ ਵਿੱਚ ਜਾਂਦੇ ਹਾਂ, ਉਹ ਸਫ਼ਰ ਕਰਦੇ ਹਾਂ ਬੱਸਾਂ ਗੱਡੀਆਂ 'ਤੇ। ਇੱਧਰ ਜੂਨਾਂ ਨੂੰ ਸਫ਼ਰ ਕਿਹਾ ਗਿਆ ਮਨ ਦਾ, ਇੱਕ ਜੂਨ 'ਚੋਂ ਦੂਸਰੀ ਲਿਵ ਟੁੱਟੀ, ਮਨ ਜੂਨਾਂ ਦੇ ਵਿੱਚ ਚਲਾ ਗਿਆ, ਸਫ਼ਰ ਦੇ ਵਿੱਚ ਚਲਾ ਗਿਆ, ਬੜੀ ਦੂਰ ਨਿਕਲ ਗਿਆ। ਜਿੱਥੋਂ ਲਿਵ ਟੁੱਟੀ ਸੀ ਉੱਥੇ ਨਹੀਂ ਆਇਆ, ਜਿੱਥੋਂ ਲਿਵ ਤੋੜੀ ਗਈ ਸੀ ਉਹ ਲਿਵ ਜੋੜੀ ਨਹੀਂ, ਟੁੱਟੀ ਤੁਰੀ ਆ ਰਹੀ। ਇਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਜਿਨ੍ਹਾਂ ਨੇ ਨਵੇਂ ਸੰਗਤ ਜੁੜੀ ਸੀ, ਜਿਨ੍ਹਾਂ ਨੇ ਬਦਾਵਾ ਲਿਖ ਕੇ ਦਿੱਤਾ ਸੀ, ਉਹਨਾਂ ਦੀ ਹਜੇ ਲਿਵ ਨਹੀਂ ਸੀ ਜੁੜੀ, ਤੇ ਜਿਨ੍ਹਾਂ ਦੀ ਲਿਵ ਜੁੜੀ ਸੀ ਮਾਲਕ ਦੇ ਨਾਲ, ਨਾਮ ਦੇ ਨਾਲ ਦਰਸ਼ਨ ਕਰਦੇ ਸੀ, ਉਹ ਨਹੀਂ ਮੈਦਾਨ ਛੱਡ ਕੇ ਗਏ। ਡਬਲ ਮਾਈਂਡ ਸੀ ਜਿਹੜੇ, ਉਹ ਮੈਦਾਨ ਛੱਡ ਗਏ, ਤੇ ਮਾਤਾ ਜੀ ਭਾਗੋ ਜੀ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਤੁਸੀਂ ਤਾਂ ਬੀਬੀਆਂ ਨੂੰ ਭੈੜੇ, ਉਹ ਇੰਨੀ ਗੱਲ ਕਹੀ ਤੇ ਉਹ ਮਗਰ ਚਲੇ ਗਏ ਮੁਕਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਗਲਤੀ ਮੰਨੀ। ਤੇ ਉਦੋਂ ਕੀ ਕੀਤਾ ਸੀ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਟੁੱਟੀ ਹੋਈ ਲਿਵ ਨਾਮ ਨਾਲ ਜੋੜ ਦਿੱਤੀ ਸੀ। ਉਸ ਕਰਕੇ ਉਸ ਧਰਤੀ ਨੂੰ ਉਦੋਂ ਨਾਂ ਦਿੰਦੇ ਸੀ ਟੁੱਟੀ ਗੰਢੀ ਸਾਹਿਬ। ਤੇ ਜਦੋਂ ਟੁੱਟੀ ਗੰਢੀ ਗਈ, ਮਨ ਮੁਕਤ ਹੋ ਗਿਆ, ਫਿਰ ਉਸ ਧਰਤੀ ਦਾ ਨਾਂ ਰੱਖ ਦਿੱਤਾ ਸ੍ਰੀ ਮੁਕਤਸਰ ਸਾਹਿਬ। ਦੇਖੋ ਕਿੰਨੀ ਡੂੰਘੀ ਗੱਲ ਆ, ਤੇ ਅਸੀਂ ਜਾਣਦੇ ਹਾਂ ਸਿੱਧਾ ਹੀ ਤੇ ਵਿਚਾਰ ਨਹੀਂ ਕਰਦੇ। ਗੁਰਬਾਣੀ ਨੂੰ ਵਿਚਾਰਦੇ ਨਹੀਂ, ਪੜ੍ਹਦੇ ਜ਼ਰੂਰ ਹਾਂ, ਨਮਸਕਾਰ ਕਰਦੇ ਹਾਂ, ਮੰਨਦੇ ਹਾਂ, ਲੇਕਿਨ ਜੋ ਗੁਰਬਾਣੀ ਦੇ ਵਿੱਚ ਕਿਹਾ ਗਿਆ ਉਹ ਕਦੀ ਨਹੀਂ ਵਿਚਾਰਿਆ। ਤੇ ਬਾਣੀ ਗੁਰੂ ਨੂੰ ਕਰੋੜਾਂ ਮਗਰ ਇੱਕ, ਕਰੋੜਾਂ ਮਗਰ ਇੱਕ ਵਿਚਾਰਦਾ। ਸੁਣ ਕੇ ਸਾਰੇ ਚਲੇ ਜਾਣਗੇ, ਲੇਕਿਨ ਵਿਚਾਰੇਗਾ ਕੋਈ ਸੂਰਮਾ? ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਵਿਰਲੋ ਮਿੰਜ ਕਰੋੜਾਂ ਮਗਰ ਇੱਕ, ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਕੌਣ ਨਿੱਜ ਘਰ ਦਾ ਸਾਨੂੰ ਪਤਾ ਹੀ ਨਹੀਂ। ਰੋਜ਼ ਪੜ੍ਹਦੇ ਹਾਂ ਨਿੱਜ ਘਰ ਮਹਿਲ ਪਾਓ ਸੁਖ ਚਾਹੀਦੇ, ਬਹੁਤ ਨਾ ਹੋਏਗੋ। ਨਿੱਜ ਘਰ ਮਹਿਲ ਕਿੱਥੇ ਆ? ਹਜੇ ਤੱਕ ਸਾਨੂੰ ਉਹ ਹੀ ਨਹੀਂ ਪਤਾ ਲੱਗਿਆ, ਤੇ ਫਿਰ ਜਾਵਾਂਗੇ ਕਿੱਥੇ? ਫਿਰ ਕਹਿੰਦੇ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਲ ਸਵਾਰੇ। ਦੱਸੋ ਥਿਰ ਘਰ ਕਿੱਥੇ ਆ? ਉੱਥੇ ਮਨ ਬੈਠੇਗਾ ਤਾਂ ਦੁਬਾਰਾ ਸਾਡੇ ਕਾਰਜ ਜਿਹੜੇ ਨੇ ਮਾਲਕ ਆਪ ਕਰੇਗਾ। ਹੁਣ ਨਾ ਸਾਨੂੰ ਥਿਰ ਘਰ ਦਾ ਪਤਾ, ਨਾ ਸਾਨੂੰ ਨਿੱਜ ਮਹਿਲ ਦਾ ਪਤਾ, ਨਾ ਸਾਨੂੰ ਦਸਵੇਂ ਦੁਆਰ ਦਾ ਪਤਾ। ਮਹਾਰਾਜ ਨੇ ਦੱਸਿਆ ਨੌਂ ਦਰਵਾਜੇ ਕਿਵੇਂ ਖੁੱਲਦੇ ਆ। ਇਹ ਖੁੱਲਦੇ ਨੇ ਪੌਣ ਨਾਲ, ਜਦੋਂ ਮਨ ਮਿਲਦਾ ਪੌਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਦਸਵੇਂ ਦੁਆਰ ਦਾ ਵੀ ਨਹੀਂ ਪਤਾ ਕਿੱਥੇ। ਆਮ ਜਦੋਂ ਪੁੱਛਦੇ ਆ ਇੱਥੇ ਹੱਥ ਸਾਰੇ ਰੱਖ ਦਿੰਦੇ, ਆਹ ਜੀ ਦਸਵਾਂ ਦੁਆਰ। ਇਹ ਨਹੀਂ ਗਾ ਦਸਵਾਂ ਦੁਆਰ, ਇਹ ਤਾਂ ਮਾਸ ਹੈ, ਇਹਦੇ ਅੰਦਰ ਹੱਡੀ ਹੈ, ਇਹਨੇ ਬੋਡੀ ਦੇ ਨਾਲ ਹੀ ਸੰਸਕਾਰੇ ਜਾਣਾ ਹੈ। ਉਹ ਸੂਖਮ ਆ ਜੀ, ਕੀ ਆ ਜੀ? ਸੂਖਮ ਇਲਾਕਾ ਹੈ, ਇਹਦੇ ਅੱਗੇ ਤੇ ਪਿੱਛੇ, ਅੰਦਰ ਬਾਹਰ ਉੱਪਰ ਥੱਲੇ ਸਪੇਸ, ਜੋ ਦੇਖਦੇ ਅੱਖਾਂ ਬੰਦ ਕਰਕੇ ਗਾਂ ਨੂੰ, ਫਰੰਟ ਨੂੰ ਤੇ ਪਿੱਛੇ ਨੂੰ, ਉੱਪਰ ਨੂੰ ਥੱਲੇ ਨੂੰ, ਇਹ ਦਸਵਾਂ ਦੁਆਰ ਆ। ਇਹ ਤੋਂ ਉੱਪਰ ਨੇਤਰਾਂ ਤੋਂ ਉੱਪਰ ਅੱਗੇ ਪਿੱਛੇ, ਇਹ ਆ ਨਾ ਕਿ ਇਹ ਮਾਸ ਆ, ਠੀਕ ਹੈ ਜੀ? ਇਹ ਕਲੀਅਰ ਆ, ਕਿਉਂਕਿ ਮਨ ਸੂਖਮ ਦਸ, ਜਿੱਥੇ ਮਨ ਨੇ ਰਹਿਣਾ ਉਹ ਇਲਾਕਾ ਸੂਖਮ, ਤੇ ਸਾਡਾ ਪਿਤਾ ਵੀ ਅਕਾਲ ਪੁਰਖ ਵਾਹਿਗੁਰੂ ਵੀ ਸੂਖਮ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲੇ ਗਏ ਨੇ ਤੇ ਮਾਲਕ ਬਾਰੇ ਪੁੱਛਿਆ, ਕਹਿੰਦੇ ਜਿਹੜਾ ਦਿਸਦਾ ਹੀ ਨਹੀਂ ਉਹਨੂੰ ਕਿਵੇਂ ਮਿਲਿਆ ਜਾ ਸਕਦਾ? ਤੇ ਕੀ ਕਹਿੰਦੇ ਮਹਾਰਾਜ ਜੀ ਬਾਣੀ ਵਿੱਚ? ਕਹਿੰਦੇ ਹਰ ਜੀ ਸੂਖਮ ਅਗਮ ਹੈ, ਕਿਤ ਬਿਧ ਮਿਲਿਆ ਜਾਏ। ਕਹਿੰਦੇ ਜਿਹੜਾ ਦਿਸਦਾ ਹੀ ਨਹੀਂ ਸੂਖਮ ਅਗਮ, ਉਹਨੂੰ ਕਿਹੜੀ ਵਿਧੀ ਨਾਲ ਮਿਲਿਆ ਜਾਏ? ਤੇ ਫਿਰ ਵਿਧੀ ਕੌਣ ਦੱਸੇਗਾ? ਮਹਾਰਾਜ ਦੀ ਬਾਣੀ 'ਚ ਦੱਸਿਆ, ਕਹਿੰਦੇ ਇੱਕ ਮਨ ਮਨਮੁਖ ਆ, ਇੱਕ ਮਨ ਗੁਰਮੁਖ ਆ। ਜਿਹੜਾ ਮਨਮੁਖ ਆ ਉਹ ਮਾਲਕ ਦੀ ਹੋਂਦ ਨੂੰ ਨਹੀਂ ਮੰਨਦਾ, ਤੇ ਜਿਹੜਾ ਗੁਰਮੁਖ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੰਨਦਾ।
ਔਰ ਬਾਣੀ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਹੈ, ਕੋਈ ਕਿੱਥੋਂ ਦਾ ਸੀ ਕੋਈ ਕਿੱਥੋਂ ਦਾ ਸੀ, ਜਿਹੜੇ ਸੱਚ ਨੂੰ ਮਿਲੇ ਹੋਏ ਸੀ ਉਹਨਾਂ ਦੀ ਬਾਣੀ ਦਰਜ ਕੀਤੀ ਗਈ। ਤੇ ਹੁਣ ਜਿਹੜੇ ਰੱਬ ਨੂੰ ਮਿਲ ਲੈਂਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਤੇ ਗੁਰਮੁਖ ਕਦੋਂ ਬਣਦਾ ਹੈ? ਜਦੋਂ ਮਾਲਕ ਨਾਮ ਦੀ ਕਿਰਪਾ ਕਰਦਾ, ਜਦੋਂ ਨਾਮ ਸੁਣਾਉਂਦਾ। ਗੁਰਮੁਖ ਉਹ ਨਾਮ ਨੂੰ ਰਤਨ ਨੂੰ ਲੱਭ ਲੈਂਦਾ, ਨਾਮ ਨੂੰ ਰਤਨ ਕਿਹਾ ਗਿਆ। ਸਭ ਤੇਰੀ ਤੂੰ ਸਭਨੀ ਤੇ ਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ। ਫਿਰ ਕੀ ਕਹਿੰਦੇ? ਕਹਿੰਦੇ ਕਿੰਨ ਬਿੱਦ ਵਿਛੜੇ, ਕਿੰਨ ਬਿੱਦ ਮਿਲ ਗਿਆ, ਇਹ ਬਿੱਦ ਕੌਣ ਪ੍ਰਗਟਾਏ ਜੀ? ਉਹ ਕਹਿੰਦੇ ਕਿਵੇਂ ਵਿਛੜੇ ਮਾਲਕ ਨਾਲੋਂ, ਕਿਵੇਂ ਮਿਲ ਗਏ, ਇਹ ਕੌਣ ਜੁਗਤੀ ਦੱਸੇਗਾ? ਜੁਗਤੀ ਮੀਨਜ ਵਿਧੀ, ਵਿਧੀ ਮੀਨਜ ਤਰੀਕਾ, ਢੰਗ ਮਿਲਣ ਦਾ। ਹਰ ਕੰਮ ਦਾ ਢੰਗ ਤਰੀਕਾ ਹੁੰਦਾ। ਰੋਟੀ ਪਾਣੀ ਬਣਾਉਣਾ ਧੀਆਂ ਭੈਣਾਂ ਨੇ, ਉਹ ਵੀ ਸਿੱਖਣਾ ਪੈਂਦਾ ਬੇਟੀ ਨੂੰ ਛੋਟੀ ਨੂੰ, ਫੇਰ ਹੀ ਵੱਡੀ ਹੋ ਕੇ ਬਣਾਉਣੀ। ਤੇ ਖੇਤੀਬਾੜੀ ਵੀ ਸਿੱਖਣੀ ਪੈਂਦੀ ਹੈ, ਭਾਵੇਂ ਲੱਖ ਆਪਾਂ ਜ਼ਿਮੀਦਾਰ ਆ ਜਾਂ ਕੋਈ ਲੱਕੜੀ ਦਾ ਕੰਮ ਜਾਣਦਾ, ਆਪਦੇ ਪਿਤਾ ਦੇ ਕੋਲੇ ਬਹਿੰਦਾ, ਦਾਦਿਆਂ ਕੋਲੇ ਬਹਿੰਦਾ ਤੇ ਸਿੱਖ ਜਾਂਦਾ। ਸਿੱਖਣਾ ਪੈਂਦਾ ਹਰ ਕੰਮ, ਤੇ ਜੁਗਤੀ ਸਿੱਖਣੀ ਪੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਗਿਆ, ਕਹਿੰਦੇ ਕਿੰਨ ਬਿੱਦ ਵਿਛੜੇ, ਕਿੰਨ ਬਿੱਦ ਮਿਲ ਗਿਆ, ਇਹ ਬਿੱਦ ਕੌਣ ਪ੍ਰਗਟਾਏ ਜੀਓ? ਉਹ ਕਹਿੰਦੇ ਗੁਰਮੁਖ ਮਿਲ ਗਿਆ, ਮਨਮੁਖ ਵਿਛੜਿਆ, ਇਹ ਬਿੱਦ ਗੁਰਮੁਖ ਪ੍ਰਗਟਾਏ ਜੀਓ। ਕਹਿੰਦੇ ਗੁਰਮੁਖ ਪ੍ਰਗਟਾਏਗਾ, ਕਿਉਂਕਿ ਕਲਯੁਗ ਦੇ ਵਿੱਚ ਉਹ ਜੋ ਨਾਮ ਗੁਪਤ ਰੱਖਿਆ ਗਿਆ ਸੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬਤਾਲਿਆ, ਉਹ ਗੁਰਮੁਖ ਉਸ ਨਾਮ ਨੂੰ ਸੁਣ ਲੈਂਦੇ ਨੇ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ, ਜੋ ਗੁਰ ਸੁਰਨਾਈ ਭੱਜ ਪਿਆ। ਹੁਣ ਆਪਾਂ ਇੱਥੇ ਆਈਏ, ਨਾਮ ਹੈ ਕੀ? ਨਾਮ ਇੱਕ ਗੱਲ ਤਾਂ ਕਲੀਅਰ ਕਰ ਦਿੱਤੀ, ਨਾਮ ਆ ਸੱਚ ਦੀ ਆਵਾਜ਼, ਉਹ ਹੈ ਧੁਨ। ਤੇ ਆਪਾਂ ਕਿਵੇਂ ਕਲੀਅਰ ਕਰੀਏ ਵੀ ਧੁਨੀ ਆ ਨਾਮ? ਤੇ ਹੁਣ ਸੁਖਮਨੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਗੁਣ ਗੋਬਿੰਦ, ਗੁਣ ਗੋਬਿੰਦ ਨਾਮ ਧੁਨ ਬਾਣੀ। ਹੋ ਗਿਆ ਕਲੀਅਰ ਜੀ? ਨਾਮ ਕੀ ਆ ਜੀ? ਧੁਨ ਬਾਣੀ, ਕੋਈ ਸ਼ੰਕਿਆ ਨਹੀਂ ਰਹਿ ਗਈ। ਗੁਰੂ ਮਹਾਰਾਜ ਨੇ ਸਟੈਂਪ ਲਾ ਦਿੱਤੀ, ਮੋਹਰ ਲਾ ਦਿੱਤੀ। ਆਪਾਂ ਪੁੱਛਿਆ, ਮਹਾਰਾਜ ਉਹ ਨਾਮ ਕਿੱਥੇ ਆ? ਤੇ ਮਹਾਰਾਜ ਕਹਿੰਦੇ ਰੱਬ ਕਿੱਥੇ ਨਹੀਂ ਹੈਗਾ? ਬਾਬਾ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਹੋ ਤੂੰ ਮੇਰੇ ਮਾਧਵਾ ਤੂੰ ਸਰਵ ਵਿਆਪੀ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਵ ਵਿਆਪੀ, ਵੀ ਉਹ ਕਿਹੜੀ ਜਗ੍ਹਾ ਜਿੱਥੇ ਤੂੰ ਨਹੀਂ ਸਰਵ ਵਿਆਪੀ? ਫਿਰ ਅੱਗੇ ਕੀ ਕਹਿੰਦੇ ਮਹਾਰਾਜ? ਕਹਿੰਦੇ ਤੂੰ ਕਰਤਾ ਪੁਰਖ ਅਗਮ ਹੈ, ਤੂੰ ਕਰਤਾ ਪੁਰਖ ਅਗਮ ਹੈ, ਰਮਿਆ ਸਭ ਠਾਈ, ਵੀ ਤੂੰ ਤਾਂ ਸਾਰੀ ਜਗ੍ਹਾ ਤੇ ਰਮਿਆ ਹੋਇਆ। ਤੇ ਫਿਰ ਹੁਣ ਸੋਚੋ ਸਾਰੇ ਜਾਣੇ, ਜੋ ਹਰ ਜਗ੍ਹਾ ਤੇ ਵਿਆਪਕ ਹੈ, ਹਰ ਜਗ੍ਹਾ ਤੇ ਰਮਿਆ ਹੋਇਆ, ਤੇ ਫਿਰ ਉਹਦੀ ਆਵਾਜ਼ ਵੀ ਤਾਂ ਹਰ ਜਗ੍ਹਾ ਤੇ ਹੋਏਗੀ। ਇਸ ਕਰਕੇ ਕੀ ਕਹਿੰਦੇ? ਕਹਿੰਦੇ ਬਿਨ ਨਾਵੇ ਨਹੀਂ ਕੋ ਥਾਉ, ਬਿਨਾਂ ਨਾਮ ਤੋਂ ਕੋਈ ਥਾਂ ਨਹੀਂ ਹੈ। ਜਿੰਨੀ ਦੇਰ ਸਾਡਾ ਮਨ ਇਸ ਬੋਡੀ ਦੇ ਵਿੱਚ ਹੈ, ਆ ਚੰਮ ਦੇ ਸਰੀਰ ਦੇ ਵਿੱਚ ਹੈ, ਓਨੀ ਦੇਰ, ਜਿੰਨੀ ਦੇਰ ਮਾਲਕ ਸਾਨੂੰ ਸਾਹ ਦੇ ਰਿਹਾ ਹੈ, ਓਨੀ ਦੇਰ ਨਾਮ ਸਾਡੇ ਸਾਰਿਆਂ ਦੇ ਅੰਦਰ ਵੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਦੇਹੀ ਦੇ ਵਿੱਚ ਨਾਮ। ਤੇ ਜਿਹੜੀ ਕੀਮਤੀ ਚੀਜ਼ ਹੁੰਦੀ ਆ ਉਹਨੂੰ ਘਰਾਂ ਦੇ ਵਿੱਚ ਲੁਕਾ ਕੇ ਰੱਖਦੇ ਹਾਂ, ਸੋਨਾ ਚਾਂਦੀ ਜਿਹੜੇ ਕੀਮਤੀ ਹੀਰੇ ਹੁੰਦੇ ਨੇ ਉਹਨਾਂ ਨੂੰ ਲੁਕਾ ਕੇ ਰੱਖਦੇ ਹਾਂ ਵੀ ਚੋਰੀ, ਕੋਈ ਚੋਰ ਚੋਰੀ ਕਰਕੇ ਨਾ ਲੈ, ਕੋਈ ਲੁੱਟ ਕੇ ਨਾ ਲੈ ਜੇ। ਇਸੇ ਤਰ੍ਹਾਂ ਨਾਮ ਕੀਮਤੀ ਹੈ, ਤੇ ਮਾਲਕ ਨੇ ਆਪਣੇ ਬੱਚੇ ਵਾਸਤੇ ਲੁਕਾ ਕੇ ਰੱਖਿਆ ਵੀ ਮੇਰਾ ਮਨ ਬੱਚਾ ਜਦੋਂ ਇਸ ਦਰ ਤੇ ਆਏਗਾ ਮੈਂ ਉਹਨੂੰ ਇਹ ਰਤਨ ਦੇ ਦਿਆਂਗਾ। ਨਾ ਹੁਣ ਸਾਨੂੰ ਪਤਾ ਮਾਲਕ ਦਾ ਦਰ ਕਿਹਦਾ,
ਜਿਹਨੂੰ ਆਪਾਂ ਕਹਿੰਦੇ ਹਾਂ ਸਗਲ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਸ ਨੂੰ ਆਪਾਂ ਅੱਗੇ ਬਾਣੀ ਚ ਪੜ੍ਹਦੇ ਹਾਂ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਨਿਸ਼ਾਨੀ ਵੀ ਦੱਸਦੀ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਸਾਰੇ। ਨਿਸ਼ਾਨੀ ਦੱਸਦੀ ਕਹਿੰਦੇ ਉੱਥੇ ਅਨਹਦ ਨਾਦ ਵੱਜਦੇ ਨੇ। ਤੇ ਹੁਣ ਗੁਰਮੁਖ ਪਿਆਰਿਓ, ਇਹ ਜੇ ਆਪਾਂ ਜਾਣਕਾਰੀ ਲੈਣੀ ਚਾਹੁੰਦੇ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਬਾਣੀ ਵਿਚਾਰਨੀ ਪਊ, ਬਹਿਸ ਨਹੀਂ ਕਰਨੀ ਪਊ। ਜੇ ਅਸੀਂ ਬਹਿਸ ਕਰਦੇ ਹਾਂ ਫਿਰ ਕੋਈ ਪ੍ਰਾਪਤੀ ਨਹੀਂ ਹੋਣੀ, ਤੇ ਜਿਹਦੇ ਨਾਲ ਬਹਿਸ ਕਰਾਂਗੇ ਉਹਦੇ ਕੋਲ ਜਿਹੜਾ ਖਜ਼ਾਨਾ ਹੈ ਉਹ ਚੁੱਪ ਕਰਕੇ ਵਾਪਸ ਚਲਾ ਜਾਏਗਾ ਫਤਿਹ ਬੁਲਾ ਕੇ, ਤੇ ਕਿਉਂਕਿ ਉਹਨੇ ਦੁਬਾਰਾ ਤੁਹਾਡੇ ਨਾਲ ਵਿਚਾਰ ਨਹੀਂ ਕਰਨੇ। ਉਹਨੇ ਕਹਿੰਦੇ ਤਾਂ ਜਿੱਦ ਕਰਦੇ ਨੇ, ਬਹਿਸ ਕਰਦੇ ਨੇ। ਤੇ ਗੁਰਬਾਣੀ ਗੁਰੂ ਪਿਆਰ ਦਾ ਵਿਸ਼ਾ ਹੈ, ਬਾਣੀ ਗੁਰੂ ਬੜੀ ਨਿਮਰਤਾ ਦੇ ਨਾਲ ਬੜੇ ਸਹਿਜ ਦੇ ਵਿੱਚ ਵਿਚਾਰ ਦਾ ਵਿਸ਼ਾ ਹੈ, ਕੁੱਝ ਸੁਣਾਉਣਾ ਕੁੱਝ ਸੁਣਨਾ, ਬਹਿਸ ਦਾ ਨਹੀਂ ਹੈ। ਜਦੋਂ ਅਸੀਂ ਵਿਚਾਰ ਕਰਾਂਗੇ ਅਗਲਾ ਵੀ ਸਤਿਕਾਰ ਦਿੰਦਾ, ਆਪਾਂ ਵੀ ਸਤਿਕਾਰ ਦੇਵਾਂਗੇ, ਫਿਰ ਉਹ ਗੁਰਮੁਖ ਦਾ ਪ੍ਰੈਕਟੀਕਲ ਹੁੰਦਾ, ਫਿਰ ਉਹਦੇ ਅੰਦਰੋਂ ਪ੍ਰੈਕਟੀਕਲ ਨਿਕਲਦਾ। ਉਹ ਦੱਸਦਾ ਕਿ ਜੇ ਤੂੰ ਮਾਲਕ ਨੂੰ ਦੇਖਣਾ ਚਾਹੁੰਦਾ ਐ ਅੱਖ ਬਣਾ ਲਾ। ਅੱਖਾਂ ਤਾਂ ਹੈਗੀਆਂ ਆ, ਸੰਸਾਰ ਦਿਸਦਾ, ਆ ਸਾਰਾ ਦਿਸਦਾ ਸਭ ਪਾਸਾ, ਲੇਕਿਨ ਮਾਲਕ ਨਹੀਂ ਦੇ, ਤੇ ਮਾਲਕ ਨੂੰ ਦੇਖਣ ਵਾਲੀ ਅੱਖ ਬਣਾ ਲਾ। ਜੇ ਤੈਨੂੰ ਮਾਲਕ ਦੀ ਆਵਾਜ਼ ਨਹੀਂ ਸੁਣਦੀ, ਨਾਮ ਨਹੀਂ ਸੁਣਦਾ, ਧੁਨ ਨਹੀਂ ਸੁਣਦੀ ਜਿਹੜੀ ਦਸਵੇਂ ਦੁਆਰ ਦੇ ਵਿੱਚ ਕੰਟੀਨਿਊ ਚੱਲ ਰਹੀ ਹੈ, ਜੇ ਉਹ ਨਹੀਂ ਸੁਣਦੀ ਤਾਂ ਉਹਨੂੰ ਮਨ ਨੂੰ ਕਿੱਥੇ ਭਾਵੇਂ ਜਿੱਥੇ ਉਹ ਸੁਣੇ, ਮਨ ਨੂੰ ਕਿੱਥੇ ਭਾਵੇਂ, ਤਨ ਨੂੰ ਨਹੀਂ ਮਨ ਨੂੰ। ਤਨ ਤਾਂ ਹੁਣ ਭਾਇਆ ਹੋਇਆ ਆਪਾਂ ਸਾਰਿਆਂ ਨੇ, ਚੌਂਕੜੀ ਮਾਰੀ ਹੋਈ ਆ ਸਾਰਿਆਂ ਨੇ, ਹੈਨੀ, ਤੇ ਲੇਕਿਨ ਮਨ ਕਿੱਥੇ ਬੈਠਾ ਪਤਾ ਹੀ ਨਹੀਂ ਨਾ। ਮਨ ਦਾ ਪਤਾ, ਮਨ ਬੋਡੀ 'ਚ ਕਿੱਥੇ ਆ? ਮਨ ਬੋਡੀ 'ਚ ਆਉਂਦਾ ਨੇਤਰਾਂ 'ਚ, ਕਿੱਥੇ ਆਉਂਦਾ ਜੀ? ਨੇਤਰਾਂ ਦੇ ਵਿੱਚ, ਕਿਉਂਕਿ ਮਨ ਜੋਤ ਸਰੂਪ ਆ, ਤੇ ਜੋਤ ਸਾਡੇ ਨੇਤਰਾਂ 'ਚ ਰੱਖੀ ਹੈ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ ਹਰ ਬਿਨ ਅਵਰ ਨਾ ਦੇਖਿਓ ਕੋਈ। ਹੁਣ ਅੱਖਾਂ ਦੋ ਨੇ, ਮਨ ਇੱਕ, ਮਨ ਇੱਕ ਜੋਤ ਆ, ਅੱਖਾਂ ਦੋ। ਉਹ ਮਨ ਇੱਥੇ ਜਦੋਂ ਆਉਂਦਾ ਨਾ ਇਸ ਜਗ੍ਹਾ ਤੇ ਆਉਂਦਾ, ਇੱਥੋਂ ਅੱਧੀ ਜੋਤ ਅੱਧੀ ਲਾਈਟ ਇੱਧਰ ਚਲੀ ਜਾਂਦੀ, ਅੱਧੀ ਇੱਧਰ ਚਲੀ, ਕਿਉਂਕਿ ਮਨ ਇੱਕ ਚਾਨਣ ਆ ਨਾ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਲਾਈਟ ਆ, ਚਾਨਣ ਆ, ਅੱਧਾ ਚਾਨਣ ਇੱਧਰ ਚਲਾ ਗਿਆ, ਅੱਧਾ ਇੱਧਰ ਚਲਾ ਗਿਆ। ਮਨ ਕਿੱਡਾ ਕਾ? ਮਨ ਇੱਕ ਬੂੰਦ ਦੀ ਨਿਆਈ ਹੈ। ਉਦਾਹਰਨ ਦਿੱਤੀ ਗੁਰਬਾਣੀ ਚ, ਬੂੰਦ ਵੇਖੋ ਕਿੱਡੀ ਛੋਟੀ ਹੁੰਦੀ ਹੈ, ਡ੍ਰੌਪ, ਛੋਟਾ ਜਿਹਾ। ਤੇ ਮਾਲਕ ਦੀ ਉਦਾਹਰਨ ਦਿੱਤੀ ਵੀ ਮਾਲਕ ਸਮੁੰਦਰ ਦੀ ਨਿਆਈ ਆ, ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ, ਇੰਨਾ ਵੱਡਾ। ਕਹਿੰਦੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁੱਝੇ ਵਿਧ ਜਾਣੇ। ਕਹਿੰਦੇ ਕਿਵੇਂ ਬੁੱਝਗੇ? ਵਿਧ, ਵਿਧ ਮੀਨਜ ਜੁਗਤੀ, ਤਰੀਕਾ ਜਾਣਨਾ ਪਏਗਾ। ਤੇ ਤਰੀਕਾ ਕੀ ਹੈ? ਕਹਿੰਦੇ ਜਲ ਤੇ ਉਪਜੇ, ਜਲ ਤੇ ਉਪਜੇ, ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ। ਇਹ ਮਹਾਰਾਜ ਦੀ ਬਾਣੀ ਚੋਂ ਸ਼ਬਦ ਪੜ੍ਹਦੇ ਪਏ ਹਾਂ, ਕੋਈ ਭੁਲੇਖਾ ਨਾ ਰਵੇ ਕਿਸੇ ਨੂੰ, ਖਾਣੀ ਬਾਣੀ ਤੋਂ ਬਾਹਰ ਆਪਾਂ ਕੋਈ ਗੱਲ ਕਰ, ਜਿਹੜਾ ਮਰਜ਼ੀ ਗੁਰਮੁਖ ਵਿਚਾਰ ਕਰ ਸਕਦਾ ਬਾਅਦ ਵਿੱਚ। ਹਾਂਜੀ, ਆਹ ਸ਼ਬਦ ਗੁਰਬਾਣੀ 'ਚ ਕਿੱਥੇ ਹੈ? ਤੁਸੀਂ ਸਰਚ ਮਾਰ ਸਕਦੇ, ਮਹਾਰਾਜ ਦੀ ਬਾਣੀ ਪ੍ਰਕਾਸ਼ ਹੈ, ਪੁੱਛ ਸਕਦੇ, ਮਹਾਰਾਜ ਤੁਹਾਡਾ ਹੀ ਹੁਕਮ ਆ ਕਿ ਗੁਰਮੁਖ ਕੋਲੋਂ ਹੀ ਗੱਲਾਂ ਕਰੀ ਜਾਂਦੀ? ਇਹ ਮਹਾਰਾਜ ਦਾ ਹੁਕਮ ਆ। ਤੇ ਹੁਣ ਗੁਰਮੁਖ ਪਿਆਰੇ, ਉਸ ਨਾਮ ਦੇ ਨਾਲ ਆਪਾਂ ਲਿਵ ਜੋੜੀਏ, ਸਾਨੂੰ ਉਹ ਨਾਮ ਸੁਣਨ ਲੱਗ ਗਏ। ਤੇ ਹੁਣ ਮਨ ਨੂੰ ਪਹਿਲਾਂ ਮਨ ਬਣਾਈਏ, ਕਿਉਂਕਿ ਦੋ ਲਾਈਟਾਂ ਨੇ, ਖੱਬੀ ਅੱਖ ਤੇ ਸੱਜੀ ਅੱਖ। ਤੇ ਖੱਬੀ ਅੱਖ ਨੂੰ ਗੁਰਬਾਣੀ ਵਿੱਚ ਚੰਦਰਮਾ ਦਾ ਨਾਂ ਦਿੱਤਾ ਤੇ ਸੱਜੀ ਨੂੰ ਸੂਰਜ ਦਾ ਨਾਂ ਦਿੱਤਾ।
ਇਹ ਦੋਨੇ ਅੱਖਾਂ ਚੰਦ ਤੇ ਸੂਰਜ ਦੋਨੇ ਜੋਤ ਸਰੂਪ ਨੇ। ਮਹਾਰਾਜ ਕਹਿੰਦੇ ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰੋ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਪਰਪੂਰਿਆ। ਕਿੰਨਾ ਆਪਾਂ ਪੜ੍ਹਦੇ ਹਾਂ ਜੋਤ ਬਾਰੇ ਮਹਾਰਾਜ ਦੀ ਬਾਣੀ ਦੇ, ਹਾਂਜੀ। ਉਹ ਸਾਡੇ ਅੰਦਰ ਰੱਖੀ ਹੋਈ ਹੈ, ਸਾਡੇ ਸਰੀਰ ਦੇ ਵਿੱਚ ਜੋਤ ਰੱਖੀ ਤੇ ਸਾਡੇ ਸਰੀਰ ਇੱਥੇ ਆਏ। ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਕਹਿੰਦੇ ਸਰੀਰਾ ਤਾਂ ਆਇਆ ਜੱਗ ਤੇ ਜੇ ਤੇਰੇ 'ਚ ਜੋਤ ਰੱਖੀ। ਉਹ ਜੋਤ ਦੇ ਬਾਰੇ ਕਦੀ ਪੁੱਛਿਆ ਹੀ ਨਹੀਂ, ਕਿਸੇ ਨਾਲ ਡਿਸਕਸ ਹੀ ਨਹੀਂ ਕੀਤੀ, ਉਹ ਜੋਤ ਪ੍ਰਗਟ ਹੀ ਨਹੀਂ ਕਰਾਈ ਆਪਾਂ। ਇਹ ਜੋਤ ਪਹਿਲਾਂ ਪ੍ਰਗਟ ਕਰਨੀ ਹੁੰਦੀ ਸਾਧੂ ਜਨ ਨੇ। ਮਹਾਂ ਉਦਿਆਨ ਮੇਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਦੀ ਜੋਤ ਪ੍ਰਗਟ ਕੀਤੀ। ਫਿਰ ਪੰਜਾਂ ਪਿਆਰਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਅੱਗੇ ਜੋਤ ਪ੍ਰਗਟ ਕਰੋ। ਫਿਰ ਉਹ ਜੋਤ ਕੌਣ ਪ੍ਰਗਟ ਕਰਦਾ? ਗੁਰੂ। ਪੰਜ ਪਿਆਰੇ ਗੁਰੂ ਰੂਪ ਨੇ। ਜਦੋਂ ਖੰਡੇ ਬਾਟੇ ਦੀ ਦਾਤ ਤਿਆਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸੱਜ ਕੇ ਆਉਂਦੇ ਨੇ, ਉਦੋਂ ਪੰਜ ਪਿਆਰਿਆਂ ਨੂੰ ਗੁਰੂ ਦਾ ਖਿਤਾਬ ਆ ਤੇ ਫਿਰ ਪੰਜ ਪਿਆਰੇ ਜੋਤ ਪ੍ਰਗਟ ਕਰਦੇ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਸਾਡੇ ਅੰਦਰ ਜਿਹੜੀ ਜੋਤ ਆ ਆਪਾਂ ਪ੍ਰਗਟ ਕਰਾਉਣੀ ਆ, ਪਰ ਮਹਾਰਾਜ ਕਹਿੰਦੇ ਉਦੋਂ ਪਹਿਲਾਂ ਮੇਰੀ ਸ਼ਰਤ ਹੈ, ਕਹਿੰਦੇ ਤੁਹਾਨੂੰ ਮੇਰੀ ਆਵਾਜ਼ ਸੁਣਦੀ ਹੋਵੇ, ਅਕਾਲ ਪੁਰਖ ਜੀ ਦੀ ਆਵਾਜ਼ ਆਪਾਂ ਨੂੰ ਸੁਣਦੀ ਹੋਵੇ, ਤੇ ਅੰਮ੍ਰਿਤ ਰਸ ਤੁਹਾਨੂੰ ਆਉਂਦਾ ਹੋਵੇ, ਜੋ ਆਪਣੇ ਅੰਦਰ ਅੰਮ੍ਰਿਤ ਦਾ ਕੁੰਡ ਭਰਿਆ ਹੋਇਆ, ਜਿਹਨੂੰ ਪੰਜ ਜਾਣੇ ਲੁੱਟ ਰਹੇ ਨੇ। ਸਾਨੂੰ ਖਬਰ ਹੀ ਨਹੀਂ ਹੈ ਕਿ ਲੁਟੇਰੇ ਅੰਦਰ ਚੋਰ ਲੱਗੇ ਹੋਏ ਨੇ। ਇਸ ਦੇਹੀ ਅੰਦਰ ਪੰਜ ਚੋਰ ਬਸੇ, ਕਾਮ ਕਰੋ ਲੋ ਮੋਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁੱਖ ਨੀ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਅੰਮ੍ਰਿਤ ਰਸ ਮਹਾਰਸ ਮਿੱਠਾ, ਉਹ ਸਾਡੇ ਅੰਦਰ ਕੁੰਡ ਭਰ ਕੇ ਰੱਖਿਆ ਹੋਇਆ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਕੱਢ ਕੇ ਪੀ ਲਓ, ਤੇ ਉਹ ਸਿਮਰਨ ਨਾਲ ਨਿਕਲੇਗਾ। ਕਹਿੰਦੇ ਨਾਲ ਜੀ ਸਿਮਰਨ ਦਾ ਰੇੜਕਾ ਪਾਵਾਂਗੇ, ਬਿਨਾਂ ਮਿੱਠਾ ਖਾਧੇ ਰਸਨਾ ਮਿੱਠੀ ਹੋਏਗੀ, ਤੇ ਸਿਮਰਨ ਬਾਰ ਬਾਰ ਕਰਾਂਗੇ ਫਿਰ ਅੰਮ੍ਰਿਤ ਰਸ ਆਏਗਾ। ਇੱਕ ਵਾਰੀ ਕਰਨਾ ਨਹੀਂ ਆਏਗਾ। ਮਹਾਰਾਜ ਦੀ ਬਾਣੀ, ਗੁਰੂ ਨੂੰ ਪੁੱਛੋ ਕੀ ਕਹਿੰਦੇ ਨੇ, ਕੀ ਕਹਿੰਦੇ? ਕਹਿੰਦੇ ਬਾਰਿੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤਨ ਧਰਪੀਐ। ਕਹਿੰਦੇ ਅੰਮ੍ਰਿਤ ਫਿਰ ਪੀਤਾ ਜਾਏਗਾ ਜੇ ਬਾਰ ਬਾਰ ਜਪਾਂਗੇ। ਤੇ ਕਿਹੜੇ ਸ਼ਬਦ ਨੂੰ ਜਪਾਂਗੇ? ਵਾਹ ਗੁਰੂ। ਜਦੋਂ ਅਰਦਾਸ ਕਰਦੇ ਨੇ ਮਹਾਰਾਜ ਦੇ ਵਜ਼ੀਰ, ਤੇ ਉਦੋਂ ਹੋਕਾ ਦਿੰਦੇ ਨੇ, ਕੀ ਕਹਿੰਦੇ ਨੇ? ਬੋਲਣਾ ਜੀ। ਫਿਰ ਆਪਾਂ ਸਾਰੇ ਮਗਰੋਂ ਕਹਿੰਦੇ ਹਾਂ ਵਾਹ ਗੁਰੂ, ਵਾਹਿਗੁਰੂ ਗੁਰਮੰਤਰ। ਦੇਖੋ ਕਿੰਨਾ ਸ਼ੋਰ ਹੈ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਾਂਗੇ, ਮਨ ਸਹਿਜ ਵਿੱਚ ਜਾਏਗਾ, ਮਤਲਬ ਕਹਿੰਦਾ ਕਿ ਆਸਾ ਪਾਸਾ ਭੁੱਲਣਾ ਸ਼ੁਰੂ ਹੋ ਜਾਏਗਾ, ਨੀਂਦ ਆਉਣੀ ਸ਼ੁਰੂ ਹੋ ਜਾਏਗੀ, ਸਰੀਰ ਦਾ ਝੋਲਾ ਪੈਣਾ ਸ਼ੁਰੂ ਹੋ ਜਾਏਗਾ, ਸਿਰ ਐਂ ਡਿੱਗਣ ਲੱਗੇਗਾ, ਉਦੋਂ ਸਹਿਜ ਬਣਨਾ ਸ਼ੁਰੂ ਹੁੰਦਾ। ਕਿਉਂਕਿ ਸਰੀਰ ਛੱਡਣਾ ਸ਼ੁਰੂ ਕਰਤਾ ਨਾ ਮਨ ਨੇ, ਜਿਵੇਂ ਸੌਣ ਲੱਗੇ ਆਪਾਂ ਸਰੀਰ ਤੋਂ ਵੱਖ ਹੋ ਜਾਂਦੇ ਹਾਂ, ਤੇ ਇਸੇ ਤਰ੍ਹਾਂ ਆਪਾਂ ਖੁਦ ਸਹਿਜ ਵਿੱਚ ਜਾਣਾ ਹੈ। ਪਤਾ ਲੱਗੇ ਸਿਮਰਨ ਕਰਦਿਆਂ ਕਰਦਿਆਂ ਉੱਥੇ ਸਾਨੂੰ ਮਾਲਕ ਦੀ ਆਵਾਜ਼ ਸੁਣਾਈ ਦੇ। ਤੇ ਹੁਣ ਮਾਲਕ ਨੂੰ ਜੇ ਮਿਲਣਾ ਹੈ, ਮਾਲਕ ਦੀ ਆਵਾਜ਼ ਸੁਣਨੀ ਆ, ਤੇ ਫਿਰ ਜਿੱਥੇ ਡਰ ਹੈ ਉੱਥੇ ਮਨ ਨੂੰ ਭਾਓ। ਜਿਵੇਂ ਹੁਣ ਆਪਾਂ ਇੱਥੇ ਕਿਹਨੂੰ ਭਾਇਆ? ਤਨ ਨੂੰ। ਉੱਧਰ ਕਿਹਨੇ ਬਹਿਣਾ? ਮਨ ਨੇ। ਤੇ ਮਨ ਦੇ ਲਈ ਉਹ ਡਰ ਕਿੱਥੇ ਆ? ਬੜੀ ਬਰੀਕੀ 'ਚ ਮੈਂ ਦੱਸਣ ਲੱਗਾ। ਪਹਿਲਾਂ ਤਾਂ ਮਨ ਨੂੰ ਮਨ ਬਣਾਓ, ਕਿਉਂਕਿ ਅੱਖਾਂ ਦੋ ਨੇ, ਮਨ ਇੱਕ ਆ। ਤੇ ਇਹਨਾਂ ਜਦੋਂ ਮਨ ਉੱਪਰੋਂ ਆਉਂਦਾ ਨਾ ਮਾਲਕ ਕੋਲੋਂ,
ਇੱਥੇ ਜਾਂਦਾ ਜਦੋਂ ਆਪਾਂ ਸੌ ਜਾਂਦੇ ਹਾਂ, ਉਦੋਂ ਮਨ ਕਿੱਥੇ ਜਾਂਦਾ? ਮਾਲਕ ਕੋਲੇ ਜਾਂਦਾ, ਮਾਲਕ ਬੁਲਾ ਲੈਂਦਾ। ਜੋ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਮਾਲਕ ਨੂੰ ਕਿੱਥੇ ਮੰਨੀਏ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰੱਬ ਕੀ ਰਜਾ ਮੰਨੇ, ਰੱਬ ਕੀ ਰਜਾ ਮੰਨੇ, ਸਿਰ ਉੱਪਰ ਕਰਤਾ ਮੰਨੇ। ਸਿਰ ਉੱਪਰ ਦੇਖੋ ਕਿੰਨਾ ਸਪਸ਼ਟ, ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਜੇ ਉੱਤੇ ਦੇਖਾਂਗੇ ਫਿਰ ਹੀ ਪਤਾ ਲੱਗੇ, ਕਹਿੰਦਾ ਵੀ ਹੈਗਾ। ਉੱਪਰ ਕਿੰਨੇ ਜਾਣਾ? ਮਨ ਨੇ। ਤੇ ਮਨ ਕਿੱਥੇ ਆਉਂਦਾ? ਨੇਤਰਾਂ 'ਚ। ਨੇਤਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਇੱਕ ਜੋਤ ਹੁੰਦਾ ਬੂੰਦ ਵਰਗਾ, ਲੇਕਿਨ ਜਦੋਂ ਉਹ ਜੋਤ ਡਿਵਾਈਡ ਹੋ ਜਾਂਦੀ ਆ, ਅੱਧੀ ਖੱਬੀ ਅੱਖ 'ਚ ਅੱਧੀ ਸੱਜੀ ਅੱਖ, ਉਦੋਂ ਮਾਲਕ ਦਿਸ ਨੂੰ ਹਟ ਜਾਂਦਾ। ਹੁਣ ਦੋ ਹਿੱਸਿਆਂ ਵਿੱਚ ਹੋਈ ਜੋਤ ਨੂੰ ਫਿਰ ਇੱਕ ਕਰੋ, ਤੋ ਇੱਕ ਕਿੱਥੇ ਹੋਏਗੀ? ਸਾਡੇ ਸਰੀਰ ਦਾ ਜਿਹੜਾ ਸੈਂਟਰ ਹੈ, ਸਾਡੀ ਬੋਡੀ ਦਾ ਜਿਹੜਾ ਸੈਂਟਰ ਹੈ, ਉਹ ਕਿੱਥੋਂ ਸ਼ੁਰੂ ਹੋਇਆ? ਕਿਵੇਂ ਮੰਨੀਏ ਕਿ ਇੱਥੇ ਸੈਂਟਰ ਹੈ? ਆਹ ਜੋ ਨੱਕ ਦੀ ਕਰੂੰਬਲ ਆ ਨਾ, ਆਹ ਨੱਕ ਦੀ ਕਰੂੰਬਲ, ਇਹ ਆ ਸੈਂਟਰ। ਇਹ ਨੱਕ ਰਾਹੀਂ ਸਾਹ ਅੰਦਰ ਜਾ ਰਿਹਾ, ਜਦੋਂ ਬੋਲਦੇ ਹਾਂ ਮੂੰਹ ਰਾਹੀਂ ਸਾਹ ਅੰਦਰ ਜਾ ਰਿਹਾ, ਤੇ ਸਾਹ ਮਾਲਕ ਦੇ ਰਿਹਾ। ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗ੍ਰਾਹਾ। ਹੇ, ਇੱਥੇ ਮਾਲਕ ਆ। ਤੇ ਜੇ ਮੂੰਹ ਬੰਦ ਆ ਤੇ ਨੱਕ ਸਾਹ ਲੈ ਕੇ ਜਾਂਦਾ, ਇੱਕ ਨੱਕ ਸਾਹ ਲੈ ਕੇ ਜਾਂਦਾ, ਇੱਕ ਛੱਡਦਾ, ਦੋਨੇ ਬਰਾਬਰ ਨਹੀਂ ਚੱਲਦੇ। ਤੇ ਜੇ ਦੋਨੇ ਬਰਾਬਰ ਚੱਲਣਗੇ, ਅੰਦਰੋਂ ਐਂ ਲੱਗੇਗਾ ਇੱਥੋਂ ਖੁੱਲਾ ਖੁੱਲਾ, ਇੱਕ ਚੋਂ ਸਾਹ ਜ਼ਿਆਦਾ ਆ ਰਿਹਾ, ਇੱਕ ਚੋਂ ਘੱਟ। ਇਹਨੂੰ ਤੁਸੀਂ ਚੈੱਕ ਕਰੋ। ਤੇ ਕਿਵੇਂ ਚੈੱਕ ਕਰ ਸਕਦੇ ਹੋ? ਹੱਥ ਦਾ ਜਿਹੜਾ ਆਹ ਪਾਸਾ ਹੈ, ਇਹ ਚਮੜੀ ਨਰਮ ਆ, ਆਹ ਸਖਤ ਆ। ਆਹ ਪਾਸਾ ਐਂ ਕਰ ਲਓ, ਮੂੰਹ ਬੰਦ ਕਰ ਲਓ, ਨੱਕ ਚੋਂ ਸਾਹ ਮਾਰੋ ਐਂ ਬਾਹਰ ਨੂੰ। ਤੇ ਜਿਹੜਾ ਨੱਕ ਜ਼ਿਆਦਾ ਫੁੱਲਦਾ ਹੈ, ਉਹਦੇ 'ਚ ਸਾਹ ਜ਼ਿਆਦਾ, ਹਵਾ ਜ਼ਿਆਦਾ ਚੱਲਦੀ ਹੈ। ਜਿਹੜਾ ਘੱਟ ਫੁੱਲਦਾ, ਉਹਦੇ 'ਚ ਘੱਟ ਚੱਲਦੀ ਹੈ, ਬਰਾਬਰ ਨਹੀਂ ਚੱਲਦੀ। ਇਹ ਸੰਤੁਲਨ ਵਿਗਾੜਿਆ ਹੋਇਆ। ਚੰਦ ਸੂਰਜ ਦਾ ਵੀ ਸੰਤੁਲਨ ਵਿਗਾੜ ਦਿੱਤਾ ਅੱਖਾਂ ਦਾ, ਤੇ ਸਾਹ ਦਾ ਵੀ ਸੰਤੁਲਨ ਵਿਗਾੜ ਦਿੱਤਾ, ਇੱਕ 'ਚੋਂ ਵੱਧ, ਇੱਕ 'ਚੋਂ ਘੱਟ। ਹੁਣ ਆਪਾਂ ਦੋ ਹਿੱਸਿਆਂ ਦੇ ਵਿੱਚ ਜੋਤ ਹੋਈ ਨੂੰ ਇੱਕ ਜੋਤ ਕਰਨਾ। ਤੇ ਕਿੱਥੇ ਕਰਨਾ? ਆ ਨੱਕ ਦੀ ਨੋਕ ਦੇ ਅਗਲੇ ਪਾਸੇ ਦੇਖਣਾ। ਨੱਕ ਨਹੀਂ ਦੇਖਣਾ, ਮੱਥਾ ਨਹੀਂ ਦੇਖਣਾ, ਆ ਸਿਰ ਨਹੀਂ ਦੇਖਣਾ, ਇਹਨੂੰ ਭੁੱਲ ਜਾਣਾ। ਇੱਥੇ ਦੇਖਣਾ ਸਪੇਸ ਨੂੰ। ਕਿਹਨੂੰ ਦੇਖਣਾ ਜੀ? ਸਪੇਸ ਨੂੰ। ਸਪੇਸ ਨੂੰ ਕਹਿੰਦੇ ਸੁਣ। ਕੀ ਕਹਿੰਦੇ ਆ ਗੁਰਬਾਣੀ 'ਚ ਜੀ? ਸੁਣ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ। ਅੱਖਾਂ ਬੰਦ ਇੱਥੇ ਕੀਤੀਆਂ, ਪਲਕਾਂ ਇੱਥੇ ਬੰਦ ਕੀਤੀਆਂ, ਦੇਖਣਾ ਇੱਥੇ ਆ, ਇੱਥੇ ਨਹੀਂ ਦੇਖਣਾ, ਇੱਥੇ ਦੇਖਣਾ। ਇੱਥੇ ਦੇਖਦਿਆਂ ਹੋਇਆਂ ਸਪੇਸ ਨੂੰ ਬੋਡੀ ਪਿੱਛੇ ਰਹਿ ਗਈ, ਨੇਤਰਾਂ 'ਚੋਂ ਮਨ ਇੱਕ ਜੋਤ ਹੋ ਕੇ ਇੱਥੇ ਆ ਗਿਆ। ਜੇ ਤੁਸੀਂ ਨੱਕ ਦੀ ਜੋਤ ਦੇ, ਨੱਕ ਦੀ ਕਰੂੰਬਲ ਦੇ ਅਗਲੇ ਪਾਸੇ ਦੇਖ, ਇੱਥੇ ਦੇਖਦਿਆਂ ਹੋਇਆਂ ਮੈਂ ਹੋਰ ਕਲੀਅਰ ਕਰਦਿਆਂ, ਇੱਥੇ ਫਿੱਕਾ ਹਨੇਰਾ ਦਿਸੇਗਾ। ਅੱਖਾਂ ਬੰਦ ਕਰਨ ਸਾਰ ਗੂੜਾ, 5-4 ਸੈਕਿੰਡ ਵਿੱਚ ਇਹ ਫਿੱਕਾ ਹੋ ਜਾਂਦਾ, ਆਕਾਸ਼ ਵਾਂਗ। ਕਿਸੇ ਨੂੰ ਚਾਨਣ ਵੀ ਦਿਸ ਸਕਦਾ, ਪ੍ਰਕਾਸ਼ ਮਾਲਕ ਦੀ ਖੁਸ਼ੀ ਆ। ਜੇ ਪ੍ਰਕਾਸ਼ ਦਿਸਦਾ ਤਾਂ ਪ੍ਰਕਾਸ਼ ਦੇਖਣਾ, ਤੇ ਜੇ ਪ੍ਰਕਾਸ਼ ਦੇ ਦਰਸ਼ਨ ਨਹੀਂ ਹੋ ਰਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜਾਏ, ਪ੍ਰਕਾਸ਼ਮਾਨ ਮਾਲਕ ਹੈ, ਤੇ ਜੇ ਦਰਸ਼ਨ ਨਹੀਂ ਹੋ ਰਹੇ ਫਿਰ ਫਿੱਕਾ ਹਨੇਰਾ ਦਿਖਾਈ ਦੇਗਾ। ਅੱਗੇ ਕਦੀ ਨਹੀਂ ਦੇਖਿਆ ਆਪਾਂ, ਜਦੋਂ ਤੋਂ ਆਪਾਂ ਸੁਰਤ ਸੰਭਾਲੀ ਆ, ਅੱਖਾਂ ਬੰਦ ਕਰਕੇ ਪੈਂਦੇ ਆ ਰਹੇ ਹਾਂ। ਆਮ ਕਰਕੇ ਬਹੁ ਗਿਣਤੀ ਸੰਗਤ ਨੇ ਅੱਖਾਂ ਬੰਦ ਕਰਕੇ ਨਹੀਂ ਦੇਖਿਆ। ਅੱਖਾਂ ਬੰਦ ਕੀਤੀਆਂ ਜ਼ਰੂਰ, ਲੇਕਿਨ ਕਿੱਧਰ ਚਲੇ ਗਏ? ਕੰਮਾਂ ਕਾਰਾਂ 'ਚ, ਵਿਚਾਰਾਂ 'ਚ, ਕਿ ਸਵੇਰੇ ਉਹਨੂੰ ਮਿਲਣਾ, ਉਹਦਾ ਦੇਣਾ, ਉਹਦਾ ਲੈਣਾ, ਖਿਆਲਾਂ 'ਚ ਪੈ ਗਏ। ਖਿਆਲਾਂ 'ਚ ਨਹੀਂ, ਖਿਆਲ ਮਾਰ ਕੇ ਪੈਣਾ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੂਣ ਨਾ ਆਵੇ। ਜੇ ਉਲਟ ਕੇ ਜੂਣ ਵਿੱਚ ਦੁਬਾਰਾ ਨਹੀਂ ਆਉਣਾ ਚਾਹੁੰਦੇ,
ਵਿਚਾਰ ਡੈਡ ਕਰਨਾ, ਤੇ ਵਿਚਾਰ ਕਿਵੇਂ ਡੈਡ ਹੁੰਦੇ ਨੇ, ਇੱਥੇ ਦੇਖਦੇ ਹੋਇਆ ਆਪਾਂ ਬੋਲਣਾ ਵਾ, ਤੇ ਉਹਨੂੰ ਕੰਨਾਂ ਨਾਲ ਸੁਣਨਾ, ਬੋਲਣ ਸਾਰ ਹੀ, ਫਿਰ ਬੋਲਣਾ ਗੁਰੂ, ਕੰਨਾਂ ਨਾਲ ਸੁਣਨਾ ਗੁਰੂ। ਅੱਖਾਂ ਬੰਦ ਕਰਕੇ ਕੋਈ ਫੋਟੋ ਨਹੀਂ ਲੈ ਕੇ ਆਉਣੀ, ਅੱਖਾਂ ਬੰਦ ਕਰਕੇ ਕੋਈ ਅੱਖਰ ਨਹੀਂ ਲੈ ਕੇ ਆਉਣੇ, ਇਹ ਫੋਟੋ ਅੱਖਰ ਆਕਾਰ ਹੈ, ਤੇ ਅਸੀਂ ਉਹਨੂੰ ਮਿਲਣਾ ਜੋ ਨਿਰੰਕਾਰ ਹੈ, ਜੋ ਸਦਾ ਰਹਿਣ ਵਾਲਾ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਮਨ ਦਾ ਵੀ ਕੋਈ ਆਕਾਰ ਨਹੀਂ ਹੈ, ਮਨ ਵੀ ਕੋਈ ਗੋਰਾ ਕਾਲਾ ਨਹੀਂ ਹੈ, ਠੀਕ ਨੀ। ਆਹ ਸਰੀਰ ਦਾ ਰੰਗ ਹੁੰਦਾ, ਕੱਪੜਿਆਂ ਲੀੜਿਆਂ ਦਾ ਰੰਗ ਹੁੰਦਾ, ਫੁੱਲਾਂ ਬੂਟਿਆਂ ਦਾ ਰੰਗ ਹੁੰਦਾ, ਸਾਰੀ ਕੁਦਰਤ ਦੇ ਵਿੱਚ ਆ ਵਸਿਆ ਹੋਇਆ ਹੈ। ਇਹ ਰੰਗ ਦੇ ਸਾਰੇ ਰੰਗ ਵੀ ਆਉਂਦੇ ਹੀ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤਿ ਸੁਭਾਵੇ, ਨਾਨਕਾ ਸਾਈ ਗੱਲ ਚੰਗੀ। ਤੇ ਲੇਕਿਨ ਅਸੀਂ ਉਹਦਾ ਜਿਹੜਾ ਸਰੂਪ ਰੰਗਾਂ ਤੋਂ ਰਹਿਤ ਹੈ, ਪ੍ਰਕਾਸ਼ਮਾਨ ਹੈ, ਰੂਪ ਨਾ ਰੇਖ ਨਾ ਰੰਗ ਕੇ ਸਿਤ੍ਰੈ ਗੁਣ ਤੇ ਪ੍ਰਭ ਭਿੰਨ, ਇਸੇ ਬਜਾਏ ਨਾਨਕਾ ਜਿਸ ਹੋਵੇ, ਅਸੀਂ ਉਸ ਰੂਪ ਨੂੰ ਮਿਲਣਾ, ਮਾਲਕ ਦੇ ਉਸ ਸਰੂਪ ਨੂੰ ਮਿਲਣਾ, ਜਿਹਦਾ ਕੋਈ ਰੰਗ ਨਹੀਂ ਹੈ, ਰੂਪ ਰੰਗ ਨਹੀਂ ਹੈ। ਤੇ ਮਨ ਦਾ ਵੀ ਕੋਈ ਰੂਪ ਰੰਗ ਨਹੀਂ ਹੈ, ਮਨ ਵੀ ਪਾਣੀ ਵਰਗਾ ਤੇ ਮਾਲਕ ਵੀ ਪਾਣੀ ਵਰਗਾ, ਜਿਵੇਂ ਚਮਕ ਪੈਂਦੀ ਹੈ, ਸ਼ੀਸ਼ਾ ਚਮਕਦਾ ਹੁੰਦਾ, ਲਿਸ਼ਕੋਰ ਪੈਂਦੀ ਹੈ, ਇਸ ਤਰ੍ਹਾਂ ਦਾ। ਤੇ ਹੁਣ ਇੱਥੋਂ ਮਨ ਨੂੰ ਆਪਾਂ ਇੱਥੇ ਲਿਆਉਣਾ, ਬੋਡੀ ਪਿੱਛੇ ਰਹਿ ਗਈ, ਇੱਥੇ ਲਿਆ ਕੇ ਇਹਨੂੰ ਆਪਾਂ ਧੁਨ ਦੇ ਵਿੱਚ ਧਿਆਨ ਲਾਉਣਾ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਕਿਹਨੂੰ ਕਹਿੰਦੇ ਨੇ? ਧੁਨ ਧੁਨੀ ਨੂੰ ਨਹੀਂ ਕਹਿੰਦੇ, ਧੁਨ ਆਵਾਜ਼ ਨੂੰ ਕਹਿੰਦੇ। ਜਦੋਂ ਆਪਾਂ ਬੋਲੇ ਵਾਹ, ਜੇ ਤੁਸੀਂ ਕੰਨਾਂ ਨਾਲ ਸੁਣ ਲਿਆ ਵਾਹ, ਤਾਂ ਸਮਝ ਲਓ ਤੁਹਾਡਾ ਧੁਨ ਵਿੱਚ ਧਿਆਨ। ਜੇ ਤੁਸੀਂ ਕੰਨਾਂ ਨਾਲ ਨਾ ਸੁਣਿਆ ਤਾਂ ਇੱਕ ਫਾਰਮੈਲਿਟੀ ਕਰਦੇ ਆ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ, ਮਨ ਜੀਵੈ ਨਾਮ ਸੁਣ ਤੇਰਾ। ਕਹਿੰਦੇ ਮਨ ਤਾਂ ਜਿਉਂਦਾ ਜੇ ਤੇਰਾ ਨਾਮ ਸੁਣਦਾ, ਉਹ ਧੁਨ ਸੁਣਦੀ ਹੈ। ਹੁਣ ਆਪਾਂ ਵਾਹਿਗੁਰੂ ਗੁਰਮੰਤਰ ਇਸ ਲਈ ਦ੍ਰਿੜ ਕਰਦੇ ਹਾਂ ਕਿ ਸਾਨੂੰ ਸੁਣਨ ਦੀ ਆਦਤ ਪੈ ਜੇ। ਸਾਨੂੰ ਸੁਣਨ ਦੀ ਆਦਤ ਨਹੀਂ ਹੈ, ਜੇ ਕੋਈ ਵਿਚਾਰ ਕਰਦਾ ਵਿੱਚ ਆਪਾਂ ਬੋਲਦੇ ਹਾਂ, ਉਹ ਥੋੜ੍ਹੀ ਜਿਹੀ ਗੱਲ ਕਰਦਾ ਫਿਰ ਬੋਲ ਜਾਂਦੇ ਹਾਂ, ਉਹਨੂੰ ਤਰਤੀਬ ਨਹੀਂ ਦੇਣ ਦਿੰਦੇ, ਵਿੱਚ ਟੋਕ ਦਿੰਦੇ ਹਾਂ, ਉਹ ਧਿਆਨ ਸਾਰਾ ਬਿਖਰ ਜਾਂਦਾ, ਟੁੱਟ ਜਾਂਦਾ। ਇਸ ਕਰਕੇ ਮਹਾਰਾਜ ਦੀ ਜੇ ਆਵਾਜ਼ ਸੁਣਨੀ ਚਾਹੁੰਦੇ ਹਾਂ, ਉਹ ਧੁਨ ਸੁਣਨੀ ਚਾਹੁੰਦੇ ਹਾਂ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਤਾਂ ਫਿਰ ਸਾਨੂੰ ਕੀ ਕਰਨਾ ਪੈਗਾ? ਇੱਥੇ ਦੇਖਦਿਆਂ ਹੋਇਆਂ ਵਾਹੇ ਬੋਲ ਕੇ ਆਪਦੀ ਰਸਨਾ ਦੇ ਨਾਲ ਕੰਨਾਂ ਨਾਲ ਸੁਣਨਾ ਪੈਗਾ। ਇਹ ਵਿਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੱਸੀ, ਮੈਂ ਪੜ੍ਹ ਕੇ ਸੁਣਾ ਦਿੰਦਾ। ਅੰਤਰ ਗੁਰੂ ਅਰਾਧਨ, ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਨੀ ਸੁਣਨਾ ਗੁਰਨਾਉ। ਅੰਤਰ ਗੁਰੂ ਅਰਾਧਨਾ, ਜਦੋਂ ਅਸੀਂ ਅੱਖਾਂ ਬੰਦ ਕਰਕੇ ਦੇਖਿਆ, ਆਹ ਦੁਸ਼ਮਣ ਹਟ ਗਿਆ ਸਾਰਾ। ਅੱਖਾਂ ਬੰਦ ਕਰਕੇ ਜਦੋਂ ਗਾਂਹ ਦੇਖਿਆ, ਫਿਰ ਦੁਸ਼ਮਣ ਹਟਿਆ। ਅੱਖਾਂ ਬੰਦ ਕਰਕੇ ਗਾਂਹ ਨਹੀਂ ਦੇਖਿਆ ਤੇ ਇਹ ਫਿਰ ਜਿਵੇਂ ਫੋਟੋ ਸਟੇਟ ਨਹੀਂ ਹੁੰਦੀ, ਉਹ ਬਲੈਕ ਐਂਡ ਵਾਈਟ, ਜਿਹਨੇ ਆਪਾਂ ਪਹਿਲਾਂ ਫੋਟੋਆਂ ਦਾ ਕਢਾ ਲੈਂਦੇ ਹੁੰਦੇ ਸੀਗੇ, ਹਨਾ, ਉਹ ਫਿਲਮ ਜੀ ਕਢਾ ਲੈਂਦੇ ਸੀ ਨਾ ਇੰਡੀਆ 'ਚ, ਵੀ ਗਾਂਹ ਹੋਰ ਫੋਟੋਆਂ ਬਣਾਉਣ ਵਾਸਤੇ, ਇਸ ਤਰ੍ਹਾਂ ਦੇ ਫਿਰ ਆ ਆਕਾਰ ਦਿਸਦੇ ਨੇ, ਠੀਕ ਹੈ। ਤੇ ਜਦੋਂ ਇੱਥੇ ਅਸੀਂ ਦੇਖਾਂਗੇ, ਫਿਰ ਸਾਨੂੰ ਆ ਸਾਰਾ ਸਭ ਪਾਸਾ ਦਿਸਣ ਹਟ ਗਿਆ ਤੇ ਇਕੱਲੀ ਸੁਣ ਰਹਿ ਗਈ। ਇਹ ਸੁਣਨਾ ਮਾਲਕ ਦਾ ਦਰ। ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਹੋ, ਇੱਥੇ ਦੇਖਿਆ ਕਰੋ ਅੱਖਾਂ ਬੰਦ ਕਰਕੇ। ਇਹ ਅੱਖਾਂ ਖੋਲ ਕੇ ਵੀ ਦੇਖਦਾ, ਕਿਉਂਕਿ ਮਾਲਕ ਅੰਦਰ ਬਾਹਰ, ਅੰਤਰ ਬਾਹਰ, ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ। ਇਹ ਦੱਸਿਆ ਗਿਆ ਵੀ ਉਹ ਸਾਡੇ ਅੰਦਰ ਵੀ ਆ, ਮਾਲਕ ਉਹੀ ਆ, ਇੱਕੋ ਹੀ ਆ,
ਤੇ ਸਾਡੇ ਬਾਹਰ ਵੀ ਆ। ਹੁਣ ਬਹੁਤ ਗਿਣਤੀ ਇਹ ਵੀ ਨਹੀਂ ਪਤਾ ਵੀ ਅੰਦਰ ਕਿੱਥੇ ਆ ਬਾਹਰ ਕਿੱਥੇ ਆ। ਅੰਦਰ ਕਿੱਥੇ ਆ? ਮਨ ਵਿੱਚ। ਤੇ ਮਨ ਕਿੱਥੇ ਆ? ਨੇਤਰਾਂ ਦੇ ਵਿੱਚ। ਤੇ ਮਨ ਵਿੱਚ ਵਸਣਾ ਮਾਲਕ ਨੇ ਤੇ ਮਨ ਨੇ ਵਸਣਾ ਮਾਲਕ ਵਿੱਚ। ਪਿਓ ਪੁੱਤ ਨੇ ਇੱਕ ਹੋਣਾ ਹੈ। ਹਰ ਹਰ ਜਨ ਦੋਏ ਇੱਕ ਹੈ, ਵਿਭ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਪਿਖੇ ਸਮਾਹੇ। ਤੇ ਪਿਤਾ ਜੀ ਕਹਿੰਦੇ ਕਹਿੰਦੇ ਪੁੱਤ ਜੇ ਮੇਰੇ ਕੋਲੇ ਆਉਣਾ ਤਾਂ ਮੈਲਾ ਹੋ ਕੇ ਨਾ ਨਾ ਆ, ਸਾਫ਼ ਹੋ ਕੇ ਆ। ਸਰੀਰ ਨੂੰ ਤਾਂ ਸਾਫ਼ ਕਰ ਲਿਆ, ਮਨ ਨੂੰ ਨਹੀਂ ਸਾਫ਼ ਕੀਤਾ। ਮਹਾਰਾਜ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਇਹ ਭਰਮ ਵਿੱਚ ਪਾਤਾ ਜਗਤ ਨੂੰ ਵੀ ਤੁਸੀਂ ਸਰੀਰ ਨੂੰ ਮਲੀ ਜਾਓ, ਤੁਸੀਂ ਸਰੀਰ ਸਮਝੋ ਆਪਣੇ ਆਪ ਨੂੰ। ਅਸੀਂ ਸਰੀਰ ਨਹੀਂ ਹਾਂ, ਅਸੀਂ ਮਨ ਹਾਂ, ਅਸੀਂ ਇੱਕ ਲਾਈਟ ਹਾਂ, ਅਸੀਂ ਇੱਕ ਚਾਨਣ ਹਾਂ। ਅੰਤਮ ਸਮੇਂ ਲਾਈਟ ਨਿਕਲਦੀ ਹੈ ਇੱਥੋਂ ਨੇਤਰਾਂ ਦੇ ਵਿੱਚੋਂ, ਤੇ ਜੇ ਸਾਨੂੰ ਪ੍ਰੋਪਰ ਪਤਾ ਹੋਏਗਾ ਤੇ ਉਹ ਇੱਥੇ ਆ ਜਾਵਾਂਗੇ, ਤੇ ਜੇ ਨਹੀਂ ਪਤਾ ਹੋਏਗਾ ਤਾਂ ਜੂਨਾਂ 'ਚ ਚਲੇ ਜਾਵਾਂਗੇ। ਸਮਝ ਲੱਗੀ ਨਹੀਂ? ਇਸ ਕਰਕੇ ਉਹ ਲਾਈਟ ਜਦੋਂ ਨਿਕਲਦੀ ਹੈ ਸਾਨੂੰ ਲਾਈਟ ਦਾ ਗਿਆਨ ਨਹੀਂ ਤੇ ਉਹ ਸਾਨੂੰ ਦਿਸਦੀ ਨਹੀਂ, ਤੇ ਆਪਾਂ ਉਹ ਬੋਡੀ ਨੂੰ ਦੇਖ ਕੇ ਰੋਣ ਲੱਗ ਜਾਂਦੇ। ਭਾਵੇਂ ਉਹ ਖੇਲ ਜਿੱਤ ਕੇ ਗਿਆ ਹੋਵੇ, ਉਹ ਆਪਦੇ ਪਿਤਾ ਕੋਲੇ ਗਿਆ ਹੋਵੇ ਅਕਾਲ, ਤੇ ਅਸੀਂ ਰੋਣਾ ਨਹੀਂ ਹਟਦੇ। ਸਾਨੂੰ ਭੇਦ ਨਹੀਂ, ਇਹ ਚੀਜ਼ਾਂ ਦਾ ਭੇਦ ਜੇ ਲੈਣਾ ਚਾਹੁੰਦੇ ਆਪਾਂ ਗੁਰਬਾਣੀ ਗੁਰੂ ਨੂੰ ਵਿਚਾਰਨਾ ਪਏਗਾ, ਬੜੇ ਪਿਆਰ ਨਾਲ ਕੁਝ ਸੁਣਨਾ ਪਏਗਾ, ਕੁਝ ਸੁਣਾਉਣਾ ਪਏਗਾ, ਡਿਸਕਸ ਕਰਨੀ ਪਏਗੀ। ਤੇ ਹੁਣ ਗੁਰਮੁਖ ਪਿਆਰਿਓ ਆਓ ਨਾਲ ਆਪਾਂ ਪ੍ਰੈਕਟੀਕਲ ਕਰ ਲਈਏ। ਮਨ ਨੂੰ ਇੱਥੇ ਲਿਆਉਣਾ, ਨੇਤਰ ਬੰਦ ਕਰਕੇ ਨਾ ਨੱਕ ਦੀ ਨੋਕ ਦੇ ਅੱਗੇ ਇੱਥੇ ਆ ਜਾਓ, ਇਹ ਬੋਡੀ ਨੂੰ ਭੁੱਲ ਜਾਓ, ਸਾਰੇ ਸਰੀਰ ਨੂੰ ਭੁੱਲ ਜਾਓ, ਇੱਥੇ ਦੇਖੋ ਤੇ ਮਨ ਇੱਥੇ ਆ ਗਿਆ। ਇੱਥੇ ਦੇਖਦਿਆਂ ਤੁਸੀਂ ਆਵਾਜ਼ ਪਕੜਾਓ ਮਨ ਨੂੰ, ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ। ਇਹਨੂੰ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੇ ਸਭ ਤੋਂ ਪਹਿਲਾਂ ਸੁੱਖ ਕਹਿੰਦੇ ਨਾਲ ਮਿਲਣਾ? ਸਿਮਰਨ ਨਾਲ ਮਿਲਣਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਤੇ ਦੂਸਰਾ ਸੁੱਖ ਕਿਹਨੇ ਦੇਣਾ? ਉਹ ਦੇਣਾ ਨਾਮ ਨੇ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਕਲ ਤਾਤੀ ਠੰਡ ਹਰ ਨਾਮ। ਨਾਮ ਕੀ ਆ ਜੀ? ਮੈਂ ਦੁਬਾਰਾ ਯਾਦ ਕਰਾ ਦਿਆਂ ਤੁਹਾਨੂੰ, ਨਾਮ ਹੈ ਰੱਬ ਦੀ ਆਵਾਜ਼। ਨਾਮ ਕੀ ਆ ਜੀ? ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਧੁਨ, ਜਿਹੜੀ ਦਸਵੇਂ ਦੁਆਰ ਦੇ ਵਿੱਚ ਕੰਟੀਨਿਊ ਚੱਲ ਰਹੀ, ਜਿਸ ਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ, ਨੌ ਦਰ ਠਾ ਕੇ ਧਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਧੇ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਮ। ਫਿਰ ਕੀ ਕਹਿੰਦੇ? ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਭ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਊਚ ਸਵਾਰਿਆ ਜੀਓ। ਉੱਚੀ ਜਗ੍ਹਾ ਤੇ ਆਸਨ, ਸਰੀਰ ਦੀ ਉੱਚੀ ਜਗ੍ਹਾ ਲੱਭੋ ਕਿਹੜੀ ਹੈ, ਉੱਥੇ ਆਸਨ ਸਵਾਰਿਆ ਹੋਇਆ ਮਾਲਕ ਨੇ, ਤੇ ਆਪਾਂ ਉੱਥੇ ਜਾਣਾ ਮਾਲਕ ਦੀ ਗੋਦ ਵਿੱਚ, ਉੱਚੀ ਜਗ੍ਹਾ। ਉੱਥੇ ਜਾਣਾ ਸੁਰਤੀ ਰੂਪ, ਕਿਵੇਂ ਜਾਣਾ ਜੀ? ਸੁਰਤ ਰੂਪ ਹੋ ਕੇ, ਕਿਉਂਕਿ ਮਨ ਦਾ ਹੀ ਇੱਕ ਨਾਂ ਸੁਰਤ ਹੈ, ਇੱਕ ਨਾਂ ਬੁੱਧ ਹੈ, ਇੱਕ ਨਾਂ ਮਤ ਹੈ, ਘੜੀਆ ਸੁਰਤ ਮਤ ਮਨ ਬੁੱਧ। ਇਹ ਬਰੀਕੀ ਦੇ ਵਿੱਚ ਗਿਆਨ ਲੈ ਕੇ ਹੁਣ ਆਪਾਂ ਮਨ ਨੂੰ ਮਨ ਕਰੀਏ, ਇੱਥੇ ਲੈ ਕੇ ਆਈਏ, ਆਵਾਜ਼ ਪਕੜਾਈਏ, ਰਸਨਾ ਨਾਲ ਬੋਲੀਏ, ਵਾਹ ਕੰਨਾਂ ਨਾਲ ਸੁਣੀਏ। ਪਹਿਲਾਂ ਸਲੋ ਕਰਾਂਗੇ, ਫਿਰ ਤੇਜ਼ ਹੋਵਾਂਗੇ। ਜੇ ਤੇਜ਼ ਨਹੀਂ ਹੋਇਆ ਜਾਂਦਾ ਤੇ ਤੇਜ਼ ਹੋਣ ਦਾ ਤਰੀਕਾ ਮੈਂ ਦੱਸਣ ਲੱਗਿਆ। ਵਾਹੇ ਕਹਿਣ ਲੱਗਿਆ ਆਮ ਨਾਲੋਂ ਮੂੰਹ ਜ਼ਿਆਦਾ ਖੋਲ ਲਿਓ, ਵਾਹ ਗੁਰੂ, ਫਿਰ ਆਵਾਜ਼ ਤੇਜ਼ ਨਿਕਲ। ਨਹੀਂ ਤੇ ਸਲੋ ਕਰੋਗੇ ਫਿਰ ਐ, ਵਾਹ ਗੁਰੂ ਵਾਹ ਗੁਰੂ। ਜਦੋਂ ਸਿੰਘ ਤੇਜ਼ ਹੋ ਗਏ,
ਫਿਰ ਤੁਸੀਂ ਸਾਰਿਆਂ ਨੇ ਤੇਜ ਹੋਣਾ ਹੈ। ਤੇ ਤੇਜ ਹੋਣ ਵਾਸਤੇ ਥੋੜੀ ਥੋੜਾ ਜਿਹਾ ਮੁਖ ਜ਼ਿਆਦਾ ਖੁੱਲਣਾ ਪਏਗਾ। ਕੱਲਾ ਵਾਹਿ ਕਹਿਣ ਲੱਗੇ, ਵਾਹ ਗੁਰੂ ਵਾਹ ਗੁਰੂ। ਲੋਕ ਲੱਜਾ ਤੋਂ ਉੱਪਰ ਉੱਠ ਕੇ ਰੱਬ ਨੂੰ ਮਿਲਣਾ ਕੋਈ ਸੌਖੀ ਗੱਲ ਹੈ ਜੀ? ਤੇ ਜੇ ਸ਼ਰਮ ਮੰਨੀ ਜਾਵਾਂਗੇ ਤਾਂ ਨਹੀਂ ਮਿਲਣਾ ਉਹਨੇ। ਲਾਜ ਮਰੇ ਜੋ ਨਾਮ ਨਾ ਲੇ, ਨਾਮ ਬਿਹੂਣ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾਂ ਸ਼ੱਕ ਕਰ। ਲੋਕ ਲੱਜਾ ਤੋਂ ਉੱਪਰ ਉੱਠ ਕੇ ਅਸੀਂ ਜਦੋਂ ਸ਼ੁਰੂ ਕੀਤਾ ਸੀ, ਮੇਰਾ ਪਿੰਡ ਗੁਰੂਸਰ ਕੌਂਕੇ ਹੈ, ਕੌਂਕੇ ਕਲਾਂ ਦੇ ਵਿੱਚ ਉਹ ਪਿੰਡ ਵਸਿਆ ਹੋਇਆ। ਜਦੋਂ ਕੋਈ ਮੈਨੂੰ ਕਹਿੰਦਾ ਨਾ ਚੌਂਕ 'ਚ ਕਰੇਂਗਾ, ਤਹਿਸੀਲ ਚੌਂਕ 'ਚ ਜਗਰਾਵਾਂ, ਮੈਂ ਉੱਚੀ ਕਰਾਂਗਾ। ਮੈਨੂੰ ਕੋਈ ਪਰਵਾਹ ਨਹੀਂ ਸੀ, ਮੈਂ ਆਪਦੇ ਪਿਤਾ ਨੂੰ ਮਿਲਣ ਜਾ ਰਿਹਾ। ਮੈਨੂੰ ਉਹਨੂੰ ਮਿਲਣ ਦੇ ਲਈ ਸੁਨਹਿਰੀ ਮੌਕਾ ਮਿਲਿਆ, ਮੈਨੂੰ ਘਰਦੇ ਹੀ ਮਿਲੀ ਆ। ਮੈਨੂੰ ਪਹਿਲਾਂ ਕੋਈ ਮਿਲਾਉਣ ਵਾਲਾ ਮਿਲ ਗਿਆ, ਪਹਿਲਾਂ ਦਿਖਾਉਣ ਵਾਲਾ ਮਿਲ ਗਿਆ, ਹੁਣ ਨਹੀਂ ਮੈਂ ਪਿੱਛੇ ਹਟਦਾ। ਫਿਰ ਤਾਂ ਮੈਂ ਜੀ ਭਰੇ ਚੌਂਕ 'ਚ ਵੀ ਕਹਿੰਦਾ ਸੀ ਵਾਹ ਗੁਰੂ, ਬੱਸ ਵਿੱਚ ਬੈਠਾ ਵੀ ਕਹਿੰਦਾ ਸੀ ਵਾਹ ਗੁਰੂ। ਚੋਰੀ ਕਰਦਾ ਸੀ ਮੈਂ, ਕਿਸੇ ਨਾਲ ਧੋਖਾ ਕਰਦਾ ਸੀ, ਠੱਗੀ ਕਰਦਾ ਸੀ, ਅਕਾਲ ਪੁਰਖ ਨੂੰ ਧਿਆਉਂਦਾ ਸੀ ਨਾ। ਤੇ ਕਈਆਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ, ਕਈਆਂ ਨੂੰ ਜੇ ਸਿਮਰਨ ਕਰੀਏ ਨਾ ਉਹਨਾਂ ਨੂੰ ਐਂ ਲੱਗਦਾ ਜਿਵੇਂ ਗੁੱਸਾ ਚੜ੍ਹਦਾ। ਹਾਲਾਂਕਿ ਘਰ ਦੇ ਮੈਂਬਰ ਵੀ ਹੁੰਦੇ ਕਈ ਵਾਰੀ, ਉਹ ਕਹਿੰਦੇ ਵੀ ਨਹੀਂ ਕਰਨਾ, ਬੰਦ ਕਰ। ਇਸ ਕਰਕੇ ਆਪਾਂ ਕਰਨ ਨੂੰ ਨਹੀਂ ਹਟਣਾ। ਮਹਾਰਾਜ ਨੇ ਬਾਰ ਬਾਰ ਕਿਹਾ ਸਿਮਰਨ ਕਰਨ ਨੂੰ, ਤੇ ਆਪਾਂ ਬਾਰ ਬਾਰ ਕਰਨਾ। ਆਓ ਸਾਰੇ ਜਾਣੇ ਅੱਖਾਂ ਬੰਦ ਕਰਕੇ ਇੱਥੇ ਦੇਖਦੇ ਹੋਏ ਸਿਮਰਨ ਕਰੀਏ ਸ਼ੁਰੂ। ਹਾਂਜੀ ਕਰੋ ਸਾਰੇ। ਇੱਥੇ ਮੈਂ ਇੱਕ ਗੱਲ ਕਲੀਅਰ ਕਰਿਆ, ਵਾਹਵੇ ਨੂੰ ਕੰਨਾ ਹਾਹੇ ਨੂੰ ਸਿਹਾਰੀ ਲੱਗੀ, ਹੇ ਨਹੀਂ ਲੱਗੀ। ਹੇ ਨਹੀਂ ਬੋਲਣਾ, ਮਹਿਸੂਸ ਕਰਨਾ, ਹੇ ਨੂੰ ਸਾਇਲੈਂਟ ਕਰਨਾ। ਮਹਿਸੂਸ ਹੈ ਵਾਹ ਗੁਰੂ ਵਾਹ ਗੁਰੂ, ਐ ਨਹੀਂ ਕਹਿਣਾ ਵਾਹ ਹੇ ਗੁਰੂ। ਫਿਰ ਤਾਂ ਤੁਸੀਂ ਦੋ ਅੱਖਰ ਅਗਲੇ ਨਖੇੜਦੇ, ਪਿਛਲੇ ਜੋੜਦੇ, ਤੇ ਜਾਂ ਪਿਛਲੇ ਵੀ ਨਖੇੜੋ। ਜੇ ਪਿਛਲੇ ਅਲੱਗ ਅਲੱਗ ਕਰੋਗੇ ਫਿਰ ਬੋਲਣ 'ਚ ਕੀ ਆਊਗਾ? ਵਾਹ ਹੇ ਗੁਰੂ। ਤੇ ਜੇ ਪਿਛਲੇ ਜੋੜਦੇ ਤੇ ਅਗਲੇ ਵੀ ਜੋੜੋ ਫਿਰ। ਤੇ ਜਦੋਂ ਅਗਲੇ ਜੋੜੋਗੇ ਕੀ ਬੋਲਣ 'ਚ ਆਏਗਾ? ਵਾਹ ਮੈਂ ਹੇ ਕਿਹਾ ਹੈ, ਵਾਹ ਐ ਨਹੀਂ ਕਿਹਾ, ਵਾਹ ਹੇ ਨਹੀਂ ਕਿਹਾ, ਵਾਹ ਗੁਰੂ। ਉਹਨੂੰ ਮਹਿਸੂਸ ਕੀਤਾ ਵਾਹ ਗੁਰੂ ਵਾਹ ਗੁਰੂ, ਬੜੇ ਪਿਆਰ ਨਾਲ, ਬੜੇ ਅਦਬ ਨਾਲ, ਬੜੀ ਰਿਸਪੈਕਟ ਦੇ ਨਾਲ। ਤੇ ਵਾਹ ਇਹ ਕਹਿ ਕੇ ਰੁਕਣਾ, ਸਟੋਪ ਕਰਨਾ ਥੋੜ੍ਹਾ ਜਿਹਾ, ਵਾਹ ਫਿਰ ਕਹਿਣਾ ਗੁਰੂ। ਆਓ ਸਾਰੇ ਜਾਣੇ ਨੇਤਰ ਬੰਦ ਕਰ ਲਓ ਜੀ, ਕਰੋ ਸ਼ੁਰੂ। ਵਾਹ ਗੁਰੂ 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 ਵਾਹ।
ਗੁਰੂ ਵਾਹ, 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 ਗੁਰੂ ਸਾਇਲੈਂਟ ਹੋ ਜਾਓ, ਅੱਖਾਂ ਬੰਦ ਰੱਖਣੀਆਂ ਨੇ, ਬੋਲਣਾ ਬੰਦ ਕਰ। ਜਿੱਥੇ ਪਹਿਲਾਂ ਕਿਹਾ ਸੀ ਦੇਖਣ ਵਾਸਤੇ ਉੱਥੇ ਦੇਖੀ ਜਾਓ, ਬੋਲਣਾ ਨਹੀਂ। ਇੱਥੇ ਫਿਰ ਮਨ ਦਰ ਤੇ ਬੈਠਦਾ, ਇੱਥੇ ਇੰਤਜ਼ਾਰ ਕਰਦਾ ਮਾਲਕ ਦਾ। ਹੌਲੀ ਹੌਲੀ ਅੱਖਾਂ ਖੋਲੋ, ਸਾਰੀਆਂ ਅੱਖਾਂ ਖੋਲ ਕੇ ਸਾਹਮਣੇ ਨਹੀਂ ਦੇਖਣਾ, ਬਿਲਕੁਲ ਅੱਖਾਂ ਦੇ ਨਾਲ ਦੇਖੋ, ਬਿਲਕੁਲ ਬੇਮਮੂਲੀਆਂ ਜੀ ਅੱਖਾਂ ਖੋਲੋ। ਇੱਥੇ ਦੇਖਦੇ ਹੋਏ ਹੌਲੀ ਹੌਲੀ ਆਸਤਾ ਆਸਤਾ ਸਾਰੀਆਂ ਅੱਖਾਂ ਖੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਇਸ ਤਰ੍ਹਾਂ ਸਿਮਰਨ ਕੀਤਾ ਤੇ ਆਪਾਂ ਕੀ ਕੀਤਾ, ਹੁਣ ਮਨ ਦੀ ਮੈਲ ਲਾਈ। ਕੀ ਲਾਇਆ ਜੀ? ਮਨ ਦੀ ਮੋਟੀ ਮੋਟੀ ਮੈਲ ਲਾਈ। ਇਹ ਮਨ ਦਾ ਇਸ਼ਨਾਨ ਕਰਾਉਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ। ਸਿਮਰਨ ਨਾਲ ਇਸ਼ਨਾਨ ਹੁੰਦਾ। ਫਿਰ ਇਸ ਤੋਂ ਅੱਗੇ ਫਿਰ ਮਨ ਨੇ ਅੰਮ੍ਰਿਤਸਰ ਦੇ ਵਿੱਚ ਸੁਨ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ। ਜਦੋਂ ਉੱਥੇ, ਉਹ ਕਿੱਥੇ ਆ? ਉਹ ਸਾਡੇ ਇੱਥੇ ਆ। ਜਦੋਂ ਅਨਹਦ ਸ਼ਬਦ ਸੁਣਦੇ ਆ ਨਾ, ਨਾਮ ਸੁਣਦੇ ਆ, ਉਦੋਂ ਮਨ ਦਾ ਇਸ਼ਨਾਨ ਹੋ ਰਿਹਾ ਹੁੰਦਾ ਅੰਮ੍ਰਿਤਸਰ ਦੇ ਵਿੱਚ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਬਾਣੀ ਚ ਪੜ੍ਹਦੇ ਨਾ, ਤੀਰਥ ਨਾਮ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਨ ਦੇ ਲਈ ਤੀਰਥ ਨਾਮ ਹੈ। ਤਨ ਦੇ ਲਈ ਆਪਾਂ ਜਾਂਦੇ ਹਾਂ, ਜਿਵੇਂ ਸ੍ਰੀ ਦਰਬਾਰ ਸਾਹਿਬ ਜਾਂਦੇ ਹਾਂ, ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹਾਂ,
ਦਮਦਮਾ ਸਾਹਿਬ ਜਾਂਦੇ ਹਾਂ, ਹੈ ਨਾ, ਇਹ ਤਨ ਲੈ ਕੇ ਜਾਂਦੇ ਹਾਂ, ਬੋਡੀ ਲੈ ਕੇ ਜਾਂਦੇ। ਇੱਧਰ ਜਿੱਥੇ ਤੁਸੀਂ ਬੋਡੀ ਲੈ ਜਾਓ, ਇੱਥੇ ਘਰੇ ਰਿਸ਼ਤੇਦਾਰੀ ਚ ਉਹਦੇ ਲਈ ਸਾਹਮਣੇ ਇੱਥੇ ਆ, ਇੱਥੇ ਮਾਲਕ ਬੈਠਾ। ਜੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਛੋਟਾ ਜਿਹਾ ਬੱਚਾ ਘਰੇ ਜਨਮ ਲੈਂਦਾ, ਗੌਰ ਕਰਿਆ ਕਰੋ ਬੱਚਾ ਕਰਦਾ ਕੀ ਹੈ। ਅਸੀਂ ਉਹਨੂੰ ਸਵਾ ਕੇ ਮੁੜ ਕੇ ਕੰਮਾਂ ਧੰਦਿਆਂ ਚ, ਬੱਚਾ ਸੌਣ ਲੱਗਾ ਦੋਨੇ ਅੱਖਾਂ ਨੂੰ ਇੱਕ ਕਰਦਾ, ਆ ਜਿਹੜੀਆਂ ਸਾਹਮਣੇ ਆਇਆ ਦੇਖਦਾ ਨਾ ਸੈਂਟਰ, ਇਹ ਘੁੰਮ ਕੇ ਅੱਖਾਂ ਅੰਦਰੋਂ ਇੱਥੇ ਆਉਂਦੀਆਂ, ਉਦੋਂ ਨੀਂਦ ਆਉਂਦੀ, ਉਦੋਂ ਇੱਕ ਜੋਤ ਹੁੰਦਾ ਮਨ, ਠੀਕ ਹੈ ਜੀ। ਦੋ ਤੋਂ ਡਬਲ ਮਾਇੰਡ ਤੋਂ ਇੱਕ ਹੋ ਜਾਂਦਾ, ਇੱਕ ਚਿੱਤ ਹੁੰਦਾ, ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਤੇ ਹੁਣ ਜਦੋਂ ਮਾਲਕ ਦਰਸ਼ਨ ਦਿੰਦਾ ਬੱਚੇ ਨੂੰ ਤੇ ਬੱਚਾ ਹੱਸਦਾ, ਤੁਸੀਂ ਦੇਖਿਆ ਨਾ ਬੱਚਾ ਹੱਸਦਾ, ਤੇ ਹੁਣ ਜ਼ਿਆਦਾ ਦੇਰ ਸਾਹ ਰੋਕ ਨਹੀਂ ਸਕਦਾ, ਜਦੋਂ ਸਾਹ ਬਦਲਦਾ ਤੇ ਮਾਲਕ ਪਿੱਛੇ ਹਟ ਜਾਂਦੇ, ਨਾਲ ਹੀ ਰੋਣਾ ਜਿਹਾ ਬੁੱਲ ਬਣਾ ਲੈਂਦਾ, ਮੂੰਹ ਬਣਾ ਲੈਂਦਾ। ਤੇ ਕਈ ਵਾਰੀ ਇਸ ਤਰ੍ਹਾਂ ਨਹੀਂ ਕਰਦਾ, ਥੋੜ੍ਹੀ ਜਿਹੀ ਨਿਗਾਹ ਐਂ ਹੁੰਦੀ ਹੁੰਦੀ ਇੱਥੇ ਤੇ ਹੱਸੀ ਜਾਂਦਾ, ਤੇ ਉਹਨੂੰ ਕੌਣ ਸਾਰਿਆ ਹੁੰਦਾ, ਮਾਲਕ ਉਹਦਾ, ਜਿਹੜਾ ਅਸਲੀ ਮਾਤਾ ਪਿਤਾ, ਹਰ ਜੀ ਮਾਤਾ, ਹਰ ਜੀ ਪਿਤਾ, ਮਨ ਦਾ ਮਾਤਾ ਪਿਤਾ। ਤਨ ਦਾ ਮਾਤਾ ਪਿਤਾ ਤਾਂ ਤਨ ਵਰਗਾ, ਆਹ ਜਿਹੜਾ ਚੰਮ ਦਾ ਸਰੀਰ ਆ ਨਾ, ਇਹ ਮਾਤਾ ਪਿਤਾ ਦੇ ਰਕਤ ਪਿੰਡ ਤੋਂ ਬਣਦਾ, ਮਾਤਾ ਪਿਤਾ ਦੇ ਸਹਿਯੋਗ ਨਾਲ ਬਣਦਾ। ਸਾਡੇ ਮਨ ਨੂੰ ਦੋ ਸਰੀਰ ਮਿਲੇ ਆ, ਇੱਕ ਆ ਚੰਮ ਦਾ, ਇੱਕ ਸੂਖਮ ਸਰੀਰ। ਸੂਖਮ ਸਰੀਰ ਜਿਹੜਾ ਅਸੀਂ ਸੁਪਨੇ ਵਿੱਚ ਆਪਣਾਪਣ ਦੇਖਦੇ, ਮਨ ਨੂੰ ਦੋ ਸਰੀਰ ਮਿਲੇ ਆ, ਇਹਨਾਂ ਦੋਨਾਂ ਸਰੀਰਾਂ ਦੀ ਗੰਢ ਮਾਰੀ ਗਈ। ਬੜਾ ਡੂੰਘਾ ਗਿਆਨ, ਕਿੱਥੇ ਗੰਢ ਮਾਰੀ ਹੈ, ਨਾਭੀ ਦੇ ਉੱਤੇ ਜਿੱਥੇ ਨਾੜੂ ਹੈ ਸੀ, ਇੱਥੇ ਗੰਢ ਮਾਰੀ। ਆਹ ਜਿਹੜਾ ਸਰੀਰ ਹੈ ਕੰਮ ਦਾ, ਇਹਦਾ ਗੁਰੂ ਆ ਪਵਨ, ਠੀਕ ਹੈ, ਤੇ ਮਨ ਦਾ ਗੁਰੂ ਆ ਸ਼ਬਦ, ਤੇ ਉਹ ਪੰਜਾਂ ਤੱਤਾਂ ਦਾ ਜਿਹੜਾ ਪ੍ਰਕਾਸ਼ਮਾਨ, ਪੰਜਾਂ ਤੱਤਾਂ ਦਾ ਜਿਹੜਾ ਸਰੀਰ, ਉਹਦੇ ਵਿੱਚ ਨਾਮ ਚੱਲਦਾ। ਇਸ ਕਰਕੇ ਆਪਾਂ ਨਾਮ ਦਾ ਭੇਦ ਲਵਾਂਗੇ ਤੇ ਨਾਮ ਦੇ ਵਿੱਚ ਸਮਾ ਜਾਂਗੇ, ਜਨਮ ਮਰਨ ਖੰਡਨ ਹੋ ਜਾਏਗਾ, ਪ੍ਰਭੂ ਮਿਲਾਪ ਹੋ ਜਾਏਗਾ, ਸੋਭਾ ਹੋਏਗੀ। ਹਰ ਜਨ ਹਰ ਹਰ ਨਾਮ ਸਮਾਨੇ, ਹਰ ਜਨ ਮੀਨਜ ਮਨ, ਹਰੀ ਦਾ ਜਨ ਪੁੱਤ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਮੰਡਾ। ਜੇ ਤੁਸੀਂ ਚਾਹੁੰਦੇ ਜੇ ਕਿ ਸਾਡੀ ਵੀ ਸੋਭਾ ਹੋਵੇ ਖੰਡਾ ਬ੍ਰਹਮੰਡਾ ਦੇ ਵਿੱਚ, ਤੇ ਗੁਰਮੁਖ ਸਿਮਰਨ ਕਰਕੇ ਨਾਮ ਤੱਕ ਪਹੁੰਚਣਾ ਪਏਗਾ, ਸਿਮਰਨ ਕਰਕੇ ਨਾਮ ਨੂੰ ਪਛਾਣਨਾ ਪਏਗਾ ਤੇ ਆਪਦੇ ਪਿਤਾ ਨੂੰ ਪਛਾਣਨਾ ਪਏਗਾ। ਪਹਿਲਾਂ ਪਿਤਾ ਦੀ ਆਵਾਜ਼ ਪਛਾਣੋ, ਜਿਵੇਂ ਸਾਡਾ ਕੋਈ ਘਰ ਦਾ ਮੈਂਬਰ ਘਰੇ ਬੋਲਦਾ ਹੋਵੇ, ਗਲੀ 'ਚ ਕੋਈ ਪੁੱਛਿਆ ਕੌਣ ਉੱਚੀ ਬੋਲਦਾ ਤੇ ਆਪਾਂ ਕਹਿ ਦਿੰਦੇ ਹਾਂ ਮੇਰਾ ਵੱਡਾ ਭਰਾ ਬੋਲਦਾ ਜਾਂ ਮੇਰੇ ਪਿਤਾ ਜੀ ਬੋਲਦਾ, ਕਹਿੰਦੇ ਕਿ ਨਹੀਂ, ਕਿਉਂਕਿ ਸਾਨੂੰ ਆਵਾਜ਼ ਦੀ ਪਛਾਣ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਲਿਵ ਲਾਗੀ ਮੋਰੀ ਪੱਗ ਇਨ ਸਿਓ। ਤੇ ਉਹ ਆਵਾਜ਼ ਦੀ ਪਛਾਣ ਤੁਹਾਨੂੰ ਕਿੱਥੇ ਆਏਗੀ, ਸੰਗਤ ਵਿੱਚ ਆ ਕੇ, ਕਿੱਥੇ ਜੀ, ਸੱਚੀ ਸੰਗਤ ਵਿੱਚ ਆ ਕੇ। ਕੀ ਕਹਿੰਦੇ ਮਹਾਰਾਜ, ਗੁਰੂ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲੱਗ ਸੰਗਤ ਨਾਮ ਪਛਾਣੇ। ਸੰਗਤ ਵਿੱਚ ਜਿਵੇਂ ਹੁਣ ਲੱਗ ਕੇ ਬੈਠੇ ਆ ਨਾ, ਕਹਿੰਦੇ ਐਂ ਫਿਰ ਨਾਮ ਦੀ ਪਛਾਣ ਹੋਏਗੀ। ਤੇ ਨਾਮ ਦੀ ਪਛਾਣ ਕੀ ਹੈ, ਕੰਨਾਂ ਦੇ ਵਿੱਚ ਇੱਕ ਆਵਾਜ਼ ਚੱਲਦੀ ਹੈ, ਜਿਵੇਂ ਬੰਸਰੀ ਵੱਜਦੀ ਹੋਵੇ, ਜਿਵੇਂ ਤਬਲਾ ਵੱਜਦਾ ਹੋਵੇ, ਜਿਵੇਂ ਰਬਾਬ ਵੱਜਦੀ ਹੋਵੇ, ਬਿਨਾਂ ਰਬਾਬ ਤੋਂ, ਬਿਨਾਂ ਤਬਲੇ ਤੋਂ, ਬਿਨਾਂ ਬੰਸਰੀ ਤੋਂ, ਜਿਵੇਂ ਸੰਖ ਵੱਜਦਾ ਹੋਵੇ, ਜਿਵੇਂ ਘੁੰਗਰੂ ਛਣਕਦੇ ਹੋਣ, ਇਹ ਮਹਾਰਾਜ ਦੀ ਬਾਣੀ। ਜਾਂ ਜਿਵੇਂ ਬੀਨ ਵੱਜਦੀ ਹੋਵੇ, ਠੀਕ ਹੈ ਜੀ, ਤੇ ਜਾਂ ਜਿਵੇਂ ਚਿੜੀਆਂ ਚੀ 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 ਚੀ, ਸਵੇਰੇ ਅੱਗੇ ਜਦੋਂ, ਹੁਣ ਤਾਂ ਚਿੜੀਆਂ ਖਤਮ ਹੋ ਗਈਆਂ,
ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਂ ਦੇਖਿਆ ਸਵੇਰੇ ਇਕੱਠੀਆਂ ਹੋ ਜਾਂਦੀਆਂ ਸੀ ਤੇ ਜਿੱਥੇ ਆਪਾਂ ਉਹਨਾਂ ਨੂੰ ਰੋਟੀ ਚੂਰ ਕੇ ਪਾਉਂਦੇ ਸੀ ਉੱਥੇ ਇਕੱਠੀਆਂ ਹੋ ਕੇ ਚੀ 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 ਰੌਲਾ ਪਾਉਂਦੇ। ਇਸ ਤਰ੍ਹਾਂ ਦੀ ਆਵਾਜ਼ ਕੰਨਾਂ ਦੇ ਵਿੱਚ ਸੁਣਾਈ ਦੇਵੇ, ਇਦੋਂ ਵੀ ਸੌਖਾ ਕਰਕੇ ਦੱਸ ਦਈਏ ਊਂ, ਚਲੋ ਕਹਿਣ ਵਾਸਤੇ ਤਾਂ ਆਪਾਂ ਸਮਝਾਉਣ ਵਾਸਤੇ ਕਹਿ ਸਕਦੇ ਹਾਂ, ਜਿਵੇਂ ਸੁੰਨਸਰਾ ਜਗ੍ਹਾ ਦੇ ਵਿੱਚ ਜਾਈਏ ਜੋ ਪਿੰਡਾਂ ਜੇ ਦੀ ਆਵਾਜ਼ ਨਹੀਂ ਹੁੰਦੀ, ਕਿੰਨੀ ਤਿੱਖੀ ਆਵਾਜ਼ ਹੁੰਦੀ ਹੈ। ਇਸ ਤਰ੍ਹਾਂ ਦੀ ਆਵਾਜ਼ ਜੇ ਤੁਹਾਨੂੰ ਕਿਸੇ ਨੂੰ ਸੁਣਦੀ ਹੋਵੇ ਤੇ ਭਰੋਸਾ ਹੋਵੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਮੇਰੇ ਵੱਲੋਂ ਉਹਨੂੰ ਵਧਾਈਆਂ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ, ਉਹ ਵੱਡੇ ਭਾਗਿਆਂ ਵਾਲਾ ਜੇ ਉਹਨੂੰ ਯਕੀਨ ਆਵੇ। ਜੇ ਉਹਨੂੰ ਯਕੀਨ ਨਹੀਂ ਫਿਰ ਨਹੀਂ, ਫਿਰ ਕਾਹਦਾ, ਕਿਉਂਕਿ ਉਹਨੇ ਗਿਆਨ ਹੀ ਨਹੀਂ ਲਿਆ। ਜਿਹਨੇ ਗਿਆਨ ਲਿਆ ਉਹਨੂੰ ਯਕੀਨ ਆ ਗਿਆ, ਉਹਨੇ ਵਧਾਈਆਂ ਦੇ ਦੇ, ਠੀਕ ਨੇ ਜੀ। ਇਸ ਕਰਕੇ ਇੱਥੋਂ ਤੱਕ ਪਹੁੰਚ ਕਰੋ, ਸਮਾਂ ਹੋਣ ਵਾਲਾ ਹੈ, 5-4 ਮਿੰਟ ਰਹਿ ਗਏ। ਮੈਂ ਇੱਥੇ ਵੇਰਵਾ ਦੇ ਦਿਆਂ, ਸੁੱਖ ਮਣੀ ਕਿਹਨੂੰ ਕਹਿੰਦੇ? ਸੁੱਖ ਮਣੀ ਵੀ ਨਾਮ ਨੂੰ ਕਹਿੰਦੇ, ਆਮ ਕਹਿ ਦਿੰਦੇ ਸੁੱਖਾਂ ਦੀ ਮਣੀ, ਉਹ ਤਾਂ ਹੈ ਹੀ ਹੈ, ਸੁੱਖ ਤਾਂ ਨਾਮ ਨੇ ਦੇਣਾ ਨਾ। ਸੁੱਖ ਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ, ਕਲੀਅਰ ਕੋਈ ਆਪਾਂ ਅਰਥ ਕੀਤੇ ਜੀ, ਸ਼ਬਦ ਪੜ੍ਹਦਾ ਨਾ, ਸੁੱਖ ਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿੱਚ। ਦੁਬਾਰਾ ਫਿਰ ਆਪਾਂ ਬੇਨਤੀ ਕੀਤੀ, ਮਹਾਰਾਜ ਸ਼ੋਰ ਕਰੋ ਇੱਕ ਵਾਰੀ ਫਿਰ, ਕਹਿੰਦੇ ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਸੁਖਮਣੀ ਕੀ ਆ ਜੀ? ਨਾਮ। ਤੇ ਨਾਮ ਕਿੱਥੇ? ਸਾਡੇ ਅੰਦਰ ਆ ਮਸਤਕ ਵਾਲੀ ਜਗ੍ਹਾ ਤੇ, ਇੱਥੇ ਆ ਮਣੀ, ਇੱਥੇ ਆ ਪਦਮ, ਇੱਥੇ ਕੀ ਆ ਜੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪੈਰ ਚ ਪਦਮ ਨਹੀਂ ਦੱਸਿਆ, ਇੱਥੇ ਦੱਸਿਆ, ਉੱਚੀ ਜਗ੍ਹਾ, ਸਤਿਕਾਰਯੋਗ ਜਗ੍ਹਾ, ਰਿਸਪੈਕਟਡ ਜਗ੍ਹਾ ਹੈ। ਕਹਿੰਦੇ ਮਸਤਕ ਪਦਮ ਦੁਆਲੇ ਮਣੀ, ਮਹੇ ਨਿਰੰਜਨ ਤ੍ਰੈ ਭਵਨ ਤਨੀ। ਕਹਿੰਦੇ ਇੱਥੇ ਬੈਠਾ ਤਿੰਨਾਂ ਲੋਕਾਂ ਦਾ ਮਾਲਕ, ਜਾ ਕੇ ਮਿਲ ਲਓ। ਮਿਲਣਾ ਕਿੰਨੇ ਜੀ? ਮਨ ਨੇ, ਇਸ ਤਨ ਨੇ ਨਹੀਂ ਮਿਲਣਾ। ਇਹ ਤਨ ਦਾ ਤਾਂ ਮੁੱਦਾ ਖਤਮ ਹੋ ਜਾਣਾ ਜਿੱਦਣ ਸੰਸਕਾਰ ਕਰਨ ਤੋਂ ਬਾਅਦ ਆਪਾਂ ਪਾਣੀ 'ਚ ਰੇੜ ਦੇਣਾ ਰਾਖ ਨੂੰ, ਹੱਡੀਆਂ ਨੂੰ, ਖਤਮ ਕਹਾਣੀ, ਇਹਦੀ ਗੱਲ ਨਹੀਂ। ਇਹ ਤਾਂ ਪਿੰਜਰਾ ਹੈ। ਜਲ ਕੀ ਭੀਤ ਪਵਨ ਕਾ ਖੰਭਾ, ਰਗਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ। ਇਹਦੇ ਵਿੱਚ ਜਿਹੜਾ ਵਸਦਾ ਨਾ, ਉਹਨੇ ਡਾਰੀ ਮਾਰਨੀ, ਉਹ ਵਿਚਾਰਾਂ 'ਚ ਡਾਰੀ ਮਾਰਦਾ ਹੈ, ਲੇਕਿਨ ਘਰ ਨੂੰ ਡਾਰੀ ਨਹੀਂ ਮਾਰਦਾ। ਜਿੱਥੋਂ ਆਇਆ, ਕਿੱਥੋਂ ਆਇਆ? ਦਰਗਾਹ ਦੇ ਵਿੱਚੋਂ, ਸੱਚਖੰਡ ਦੇ ਵਿੱਚੋਂ, ਪ੍ਰਲੋਕ ਵਿੱਚੋਂ ਆ ਆਇਆ ਸੱਚਖੰਡ, ਖਾਲੀ ਖਲਾਲ। ਜਿੱਥੋਂ ਤੱਕ ਹੁਣ ਤੁਸੀਂ ਸਫ਼ਰ ਕੀਤਾ, ਇਹਦੇ ਵਿੱਚ ਹੀ ਕੀਤਾ ਨਾ, ਕਿੱਡਾ ਵੱਡਾ ਇਹ, ਸਮੁੰਦਰ ਦੇ ਉੱਪਰ ਵੀ ਹੈ, ਸਾਰੇ ਜਗ੍ਹਾ 'ਤੇ ਆ ਜੋ ਸਪੇਸ ਆ ਨਾ, ਇਹਦੇ ਵਿੱਚ ਵੱਸਦਾ ਨਿਰੰਕਾਰ। ਅਤੇ ਦੇਖਣਾ ਚਾਹੁੰਦੇ ਹੋ ਤਾਂ ਅੱਖ ਬਣਾਉਣੀ ਪਏਗੀ, ਅਤੇ ਸੰਗਤ ਦੇ ਵਿੱਚ ਕਿਤੇ ਕਿਤੇ ਆਪਾਂ ਮਿਲਦੇ ਰਹੋ, ਅਤੇ ਆਪਾਂ ਵਿਚਾਰ ਕਰਦੇ ਰਹੀਏ, ਸੁਣਦੇ ਰਹੀਏ, ਇੱਕ ਦਿਨ ਅੱਖ ਬਣ ਜਾਏਗੀ, ਇੱਕ ਦਿਨ ਅੱਖ ਬਣ ਜਾਏਗੀ ਮਾਲਕ ਨੂੰ ਦੇਖਣ ਨਾਲ। ਇਸ਼ਾਰਾ ਤਾਂ ਕਰ ਦਿੱਤਾ ਅਸੀਂ ਕਿ ਦੋਨਾਂ ਅੱਖਾਂ ਤੋਂ ਇੱਕ ਅੱਖ ਕਰ ਲਓ, ਦੋਨਾਂ ਅੱਖਾਂ ਤੋਂ ਇੱਕ ਕ੍ਰੋਸ ਕ੍ਰੋਸ ਬਣੇਗਾ ਨਾ, ਜਿੱਥੇ ਬਣੇਗਾ ਉੱਥੇ ਦੇਖੋ ਪ੍ਰਕਾਸ਼ ਹੀ ਪ੍ਰਕਾਸ਼ ਦਰਸ਼ਨ ਹੋਣਗੇ ਮਾਲਕ। ਕਿਸ ਤਰ੍ਹਾਂ ਦਾ ਪ੍ਰਕਾਸ਼? ਆਓ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦੇ ਹਾਂ। ਕਹਿੰਦੇ ਬੋਲੇ ਗੋਪੀ ਚੰਦ ਸਤ ਸਰੂਪ, ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੱਤ ਮੈਂ ਰੇਖ ਨਾ ਰੂਪ। ਕਲੀਅਰ ਹੋ ਗਿਆ ਜੀ? ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਨਹੀਂ ਹੁੰਦਾ, ਇਸ ਤਰ੍ਹਾਂ ਦਾ ਮਾਲਕ। ਉਦਨ ਐਨ ਦਿਨ ਚੜ੍ਹੇ ਵਾਂਗੂ ਚੰਨ ਚਾਨਣੀ ਰਾਤ ਨੂੰ। ਤੇ ਬਾਬਾ ਕਬੀਰ ਜੀ ਕੀ ਕਹਿੰਦੇ? ਕਹਿੰਦੇ ਪੁੰਨਿਓ ਪੂਰਾ ਚੰਦ ਆਕਾਸ਼, ਪਸਰੇ ਕਲਾ ਸਹਿਜ ਪ੍ਰਕਾਸ਼। ਉਹਦੇ ਦੇਖਣ ਲਈ ਅੱਖ ਪਿੰਡ ਗੁਰੂ ਸਰ ਕੌਂਕੇ, ਪਿੰਡ ਗੁਰੂ ਸਰ ਕੌਂਕੇ,
ਪੋਲਟਰੀ ਫਾਰਮ ਦੇ ਸਾਹਮਣੇ ਉੱਥੇ ਬਣਾਈ ਜਾਂਦੀ। ਜੇ ਤੁਹਾਡੇ ਵਿੱਚੋਂ ਕੋਈ ਅੱਖ ਬਣਾਉਣੀ ਚਾਹੁੰਦਾ ਹਾਂਜੀ, ਪਹਿਲਾਂ ਮਨ ਦੀ ਮੈਲ ਲਵਾਈ ਜਾਂਦੀ ਹੈ, ਵੀ ਪਹਿਲਾਂ ਮਨ ਨੂੰ ਧੋਵੋ ਸਿਮਰਨ ਕਰਾ ਕੇ, ਫਿਰ ਆਵਾਜ਼ ਦੀ ਪਹਿਚਾਣ ਕਰਾਈ ਜਾਂਦੀ ਹੈ ਅਨਹਦ ਵਾਜੇ ਦੀ, ਫਿਰ ਉਹ ਅੱਖ ਬਣਾਈ ਜਾਂਦੀ। ਜਦੋਂ ਅੱਖ ਬਣਾਈ ਜਾਂਦੀ ਹੈ ਫਿਰ ਤੁਸੀਂ ਦੇਖੋਗੇ ਕੁਛ ਐਂ ਗੱਲਾਂ ਨਹੀਂ ਹੈਗੀਆਂ, ਠੀਕ ਨਹੀਂ ਜੀ? ਇੱਥੇ ਕੋਈ ਦਿਖਾਈ ਦੇਗਾ ਅਲੱਗ ਕੁਛ, ਹੁਣ ਦਿਖਦਾ ਜੀ ਇੱਥੇ ਕੁਛ? ਨਹੀਂ ਨਾ ਦਿਖਦਾ, ਫਿਰ ਦਿਸੇਗਾ, ਫਿਰ ਯਕੀਨ ਆਏਗਾ ਹਾਂ ਵੀ ਕੁਛ ਹੈਗਾ, ਹੈਨੀ? ਅਤੇ ਇਸ ਤਰ੍ਹਾਂ ਇਹ ਬੇਨਤੀ ਹੈ ਕਿ ਪ੍ਰੈਕਟੀਕਲ ਕਰੋ। ਤੁਸੀਂ ਮੇਰੇ ਸਾਰੇ ਭੈਣ ਭਰਾ ਜੀ, ਆਪਾਂ ਸਾਰੇ ਮਾਲਕ ਦੇ ਬੱਚੇ ਹਾਂ, ਅਤੇ ਜੇ ਇੱਕ ਦੂਜੇ ਨੂੰ ਪੁੱਛ ਲਾਂਗੇ ਤਾਂ ਅਰਜ਼ ਕੀ ਹੈ? ਰਾਹ ਦੇ ਵਿੱਚ ਰਾਹ ਭੁੱਲ ਜਾਂਦੇ ਹਾਂ, ਕਿਸੇ ਪਿੰਡ 'ਚ ਜਾਂਦੇ ਅਤੇ ਰਸਤੇ ਪੁੱਛ ਨਹੀਂ ਲੈਂਦੇ, ਸਰਦਾਰ ਜੀ ਬਾਬੂ ਜੀ ਮੈਂ ਰਾਹ ਭੁੱਲ ਗਿਆ, ਮੈਂ ਫਲਾਨੇ ਪਿੰਡ ਜਾਣਾ, ਕਿਹੜਾ ਰਾਹ ਜਾਂਦਾ? ਉਹ ਦੱਸ ਦਿੰਦਾ ਅਤੇ ਆਪਾਂ ਉਹਦਾ ਧੰਨਵਾਦ ਕਰ ਦਿੰਦੇ ਹਾਂ, ਸ਼ੁਕਰੀਆ ਜੀ, ਧੰਨਵਾਦ ਜੀ, ਹਾਂਜੀ। ਅਤੇ ਜੇ ਆਪਾਂ ਐਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਮਾਲਕ ਦਾ ਰਾਹ, ਘਰ ਨੂੰ ਜਾਣ ਦਾ ਰਾਹ ਪੁੱਛ ਲਈਏ ਅਤੇ ਪਹੁੰਚ ਜਾਈਏ ਤਾਂ ਕੀ ਮਾੜਾ? ਇਹ ਜਨਮ ਦਾ ਲਾਹਾ ਖੱਟ ਲਈਏ। ਇਹ ਕੰਮਾਂ ਧੰਦਿਆਂ ਲਈ ਨਹੀਂ ਮਿਲਿਆ, ਕੰਮ ਧੰਦੇ ਉਨੇ ਕੁ ਤਾਂ ਆਪਾਂ ਕਰਨੇ ਜਿੰਨਾ ਦਾ ਰੋਟੀ ਪਾਣੀ ਖਾਣਾ, ਬਿਜ਼ਨਸ ਕਰਨਾ, ਜੋਬ ਕਰਨੀ ਆ। ਮਹਾਰਾਜ ਕਹਿੰਦੇ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਕਹਿੰਦੇ ਜਿੰਦੀ ਸ਼ਰਨ ਵਿੱਚ ਜਾ ਕੇ ਸੁੱਖ ਹੀ ਸੁੱਖ ਮੰਨਣੇ ਸੀ, ਉਹਦੀ ਸ਼ਰਨ ਵਿੱਚ ਗਈ ਨਹੀਂ। ਤੁਮਰੀ ਕਿਰਪਾ ਮੈਂ ਸੁੱਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ। ਉਹਦੇ ਨਾਲ ਆਪਾਂ ਪਿਆਰ ਪਾਈਏ ਜਿਹੜਾ ਉੱਚੇ ਤੇ ਉੱਚਾ ਭਗਵੰਤ, ਉਹ ਸਾਡਾ ਪਿਤਾ ਹੈ, ਉਹ ਰਾਜਿਆਂ ਦਾ ਰਾਜਾ ਹੈ, ਆਪਾਂ ਰਾਜੇ ਹਾਂ ਸਾਰੇ। ਕੌਣ ਰਾਜੇ ਆ ਜੀ? ਮਨ ਰਾਜੇ ਆ, ਕਾਇਆ ਨਗਰੀ ਇਹ ਮਨ ਰਾਜਾ। ਇਸ ਕਰਕੇ ਵਿਚਾਰ ਕੇ ਜੇ ਤੁਹਾਨੂੰ ਕੋਈ ਸਮਝ ਨਾ ਲੱਗੇ ਤੇ ਤੁਹਾਡੇ ਇੱਥੇ ਗੁਰਮੁਖ ਨੇ, ਭਾਈ ਹਰੀ ਸਿੰਘ ਜੀ ਬੈਠੇ ਨੇ ਨੈਸਲੇ 'ਚ ਜੋਬ ਕਰਦੇ ਨੇ, ਭਾਈ ਅਮਨਪ੍ਰੀਤ ਸਿੰਘ ਜੀ ਬੈਠੇ ਨੇ ਨੈਸਲੇ ਜੋਬ ਕਰਦੇ ਨੇ, ਭਾਈ ਆਤਮਾ ਸਿੰਘ ਜੀ ਬੈਠੇ ਨੇ, ਭਾਈ ਕੁਲਬੀਰ ਸਿੰਘ ਜੀ ਬੈਠੇ ਨੇ ਜੋ ਤਾਬਿਆਂ 'ਚ ਬੈਠੇ ਨੇ ਸਿੰਘ, ਇਹ ਇੱਧਰ ਦਲਵੀਰ ਸਿੰਘ ਜੀ ਕਾਫੀ ਦੇਰ ਬਾਅਦ ਦਰਸ਼ਨ ਹੋਏ ਨੇ, ਇਹ ਵੀ ਅਭਿਆਸ ਕਰਦੇ ਨੇ, ਅਤੇ ਬੀਬੀਆਂ ਦੇ ਵਿੱਚੋਂ ਵੀ ਗੁਰਮੁਖ ਬੀਬੀਆਂ ਬੈਠੀਆਂ ਨੇ ਅਭਿਆਸ ਕਰਦੀਆਂ ਨੇ, ਇਹਨਾਂ ਨੇ ਇਹ ਪ੍ਰੈਕਟੀਕਲ ਕਰਦੇ ਆ, ਇਹਨਾਂ ਦਾ ਸਾਥ ਲੈ ਲਓ। ਅਤੇ ਜੇ ਲੋੜ ਪਵੇ ਤਾਂ ਸਾਡੇ ਪਿੰਡ ਐਤਵਾਰ ਨੂੰ ਕਲਾਸ ਲੱਗਦੀ ਹੈ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ, ਉੱਥੇ ਆ ਸਕਦੇ ਹਾਂ। ਅਤੇ ਜੇ ਕਿਸੇ ਬੱਚੇ ਨੂੰ ਟ੍ਰੇਨਿੰਗ ਦੇਣੀ ਆ ਤਾਂ ਬੱਚੇ ਨੂੰ ਨਾਲ ਲਿਆਓ, ਕੋਈ ਫੀਸ ਨਹੀਂ, ਨਾਲ ਹੀ ਲਿਆਓ, ਨਾਲ ਹੀ ਲਿਆਓ ਘਰੇ ਵਾਪਸ, ਸੰਗਤ ਕਰਾਓ, ਗਿਆਨ ਦਵਾਓ, ਵਾਪਸ ਘਰੇ ਲਿਆਓ, ਘਰੇ ਲਿਆ ਕੇ ਮਿਹਨਤ ਕਰਾਓ, ਅਤੇ ਜਦੋਂ ਮਰਜ਼ੀ ਆਓ। ਅਤੇ ਮਹੀਨੇ 'ਚ 3 ਦਿਨ ਦਾ ਪ੍ਰੋਗਰਾਮ ਹੁੰਦਾ, ਮਹੀਨੇ ਦਾ ਜਿਹੜਾ ਦੂਸਰਾ ਹਫ਼ਤਾ ਹੁੰਦਾ ਉਹਦਾ ਸ਼ੁੱਕਰ ਸ਼ਨਿਚਰ ਅਤੇ ਐਤਵਾਰ, 3 ਦਿਨ ਦਿਨ ਰਾਤ ਅਭਿਆਸ ਹੁੰਦਾ। ਮੈਂ ਜਿਹਨਾਂ ਤੋਂ ਸਿੱਖਿਆ, ਜਿਵੇਂ ਹੁਣ ਮੰਨ ਲਓ ਵੀ ਆਪਾਂ ਕਿਸੇ ਤੋਂ ਸੰਥਿਆ ਲੈਂਦੇ ਹਾਂ, ਅਤੇ ਜਿਹਦੇ ਤੋਂ ਸੰਥਿਆ ਲੈਂਦੇ ਉਹ ਆਪਣਾ ਕੀ ਹੁੰਦਾ ਜੀ? ਉਸਤਾਦ, ਉਸਤਾਦ ਕਹਿ ਸਕਦੇ ਨੇ ਵੀ ਸੰਥਿਆ ਲਈਏ। ਕੀਰਤਨ ਸਿੱਖਣ ਵਾਲੇ ਨੇ ਹਾਰਮੋਨੀਅਮ ਜਿਹਦੇ ਤੋਂ ਸਿੱਖਿਆ, ਅਤੇ ਉਹਦਾ ਕੀ ਹੈ ਜੀ? ਉਸਤਾਦ। ਇਸੇ ਤਰ੍ਹਾਂ ਮੈਨੂੰ ਵੀ ਮੇਰਾ ਇੱਕ ਉਸਤਾਦ ਮਿਲਿਆ ਜਿਹਨੇ ਮੈਨੂੰ ਇਹ ਗਿਆਨ ਦਿੱਤਾ, ਜਿਹਨੇ ਮੋਗੇ ਦੀ ਧਰਤੀ 'ਤੇ ਆਉਣ ਤੋਂ ਪਹਿਲਾਂ 8 ਸਾਲ ਮੈਂ ਉਹਨਾਂ ਕੋਲ ਜਾਂਦਾ ਸੀ, ਆਪਦੇ ਜੀਵਨ ਸਾਥੀ ਨੂੰ, ਮੈਂ ਆਪਣੀ ਵਾਈਫ ਨੂੰ ਨਾਲ ਲੈ ਕੇ, ਮੇਰੇ ਬੱਚੇ ਛੋਟੇ ਛੋਟੇ ਸੀ, ਹੁਣ ਵਿਆਹੇ ਆ,
ਤੇ ਉਹਨਾਂ ਨੂੰ ਕੁੱਛੜ ਚੱਕ ਕੇ ਜਾਂਦਾ ਰਿਹਾ। ਤੇ ਜਾਣੀ ਮੰਨ ਕੇ ਚਲੋ ਵੀ 97 ਤੋਂ, 96 ਦਾ ਐਂਡ, 96 ਦੀ 97 ਦੀ ਸਟਾਰਟ, ਉਦੋਂ ਦਾ ਮੈਂ ਜਾਂਦਾ। 8 ਸਾਲ ਮੈਂ ਉੱਥੇ ਗਿਆ, ਅਬੋਹਰ ਰਹਿੰਦੇ ਸੀਗੇ, ਫਿਰ ਮੋਗੇ ਦੀ ਧਰਤੀ ਤੇ ਆਏ। ਸਮਝ ਕੇ ਮੈਂ ਜਿਹਦਾ ਨਾਂ ਲੈਣਾ ਚਾਹੁੰਦਾ, ਉਹਨਾਂ ਨੇ ਮੈਨੂੰ ਆਪਦੇ ਬੱਚਿਆਂ ਵਾਂਗੂ ਪਿਆਰ ਨਾਲ ਸਾਰੀ ਟ੍ਰੇਨਿੰਗ ਦਿੱਤੀ ਤੇ ਅਸੀਂ ਉਹਨਾਂ ਦੇ ਨਾਲ ਜਾਂਦੇ ਸੀਗੇ। ਤੇ ਸਿਰਫ ਇੱਕ ਮੰਗ ਸੀਗੀ ਵੀ ਭਾਈ ਸਾਹਿਬ ਤੁਸੀਂ ਮਿਲੇ ਹੋ, ਸਾਨੂੰ ਸ਼ਿਓਰ ਹੋ ਗਿਆ, ਸਾਨੂੰ ਵੀ ਮਿਲਾ ਦਿਓ। ਤੇ ਉਹਨਾਂ ਨੇ ਕਿਹਾ ਵੀ ਹੌਸਲਾ ਰੱਖੋ, ਅਸੀਂ ਉਦੋਂ 6-7 ਗੁਰਮੁਖ ਸੀਗੇ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਤੁਹਾਨੂੰ ਸੂਈ ਦੇ ਨਖਾਰੇ ਤੋਂ ਨਹੀਂ ਕੱਢਣਾ। ਇਹ ਵਰਡ ਉਹਨਾਂ ਦੇ ਮੁੱਖ ਦੇ ਸੀ ਜੀ, ਸਾਨੂੰ 5-7 ਸਿੰਘਾਂ ਨੂੰ ਕਹਿੰਦੇ ਘਸਾ ਘਸਾ ਕੇ ਸੂਈ ਦੇ ਨਖਾਰੇ ਤੋਂ ਨਹੀਂ ਕੱਢਣਾ। ਤੇ ਜੇ ਘਸਾਇਆ ਸੀ, ਸੂਈ ਦੇ ਨਖਾਰੇ ਤੋਂ ਨਹੀਂ ਕੱਢਿਆ ਸੀ, ਤੇ ਅੱਜ ਆਪਾਂ ਵਰਲਡ ਤੇ ਪ੍ਰਚਾਰ ਕਰਦੇ ਹਾਂ ਬਿਨਾਂ ਕਿਸੇ ਲਾਲਚ ਤੋਂ। ਖੇਤੀਬਾੜੀ ਥੋੜ੍ਹੀ ਜਿਹੀ ਹੈਗੀ ਹੈ, ਜ਼ਮੀਨ ਠੇਕੇ ਤੇ ਦਿੰਦੇ, ਗੁਜ਼ਾਰਾ ਹੁੰਦਾ ਬਸ, ਤੇ ਪ੍ਰਚਾਰ ਕਰਦੇ। ਕਿੰਨੇ ਗੁਰਮੁਖ ਤਿਆਰ ਕੀਤੇ ਪ੍ਰਚਾਰ, ਘੱਟੋ ਘੱਟ 100 ਗੁਰਮੁਖ, 100 ਗੁਰਮੁਖ ਸਟੇਜ ਤੇ ਪ੍ਰਚਾਰ ਕਰ ਰਿਹਾ। ਅਸੀਂ ਚਾਹੁੰਦੇ ਹਾਂ ਵੀ ਘਰ ਘਰ ਪ੍ਰਚਾਰਕ ਹੋ ਜਾਵੇ ਤੇ ਦੁਨੀਆਂ ਤੇ ਨਫ਼ਰਤ ਮਿਟ ਜਾਵੇ। ਕੀ ਮਿਲ ਜਾਵੇ ਜੀ? ਸਾਰੇ ਸੁਖੀ ਜੀਵਨ ਜਿਉਣ, ਸਤਿਯੁਗ ਲੱਗਦੇ। ਤੇ ਭਗਤੀ ਮਾਲਕ ਨੇ ਪੈਸੇ ਦੇ ਦਿਓ, ਕਰੋੜਾਂ ਰੁਪਈਆ ਨਹੀਂ ਮਿਲਣਾ, ਉਹ ਤਾਂ ਸਾਨੂੰ ਦੇ ਰਿਹਾ, ਅਸੀਂ ਉਹਨੂੰ ਕੀ ਦੇ ਸਕਦੇ? ਇੱਕ ਚੀਜ਼ ਮੰਗਦਾ, ਤੁਸੀਂ ਸੋਚ ਕੇ ਦੱਸੋ ਕੀ ਮੰਗਦਾ? ਉਹ ਮੰਗਦਾ ਸਾਡੇ ਤੋਂ ਪਿਆਰ। ਕੀ ਮੰਗਦਾ ਜੀ? ਪਿਆਰ। ਚਲੋ ਆਪਾਂ ਨੂੰ ਨਹੀਂ ਪਤਾ, ਪਰ ਗੁਰੂ ਮਹਾਰਾਜ ਨੂੰ ਤਾਂ ਪੁੱਛ ਸਕਦੇ ਹਾਂ, ਮਹਾਰਾਜ ਕੀ ਮੰਗਦਾ ਮਾਲਕ? ਉਹ ਕਹਿੰਦੇ ਸਾਚ ਕਹੂੰ, ਸੱਚ ਬੋਲਾਂ, ਕਹਿੰਦੇ ਸਾਚ ਕਹੂੰ, ਸੁਣ ਲਿਓ ਸਭੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭਾ। ਕਹਿੰਦੇ ਉਹ ਪਿਆਰ ਮੰਗਦਾ, ਪ੍ਰੇਮ ਮੰਗਦਾ। ਤੁਸੀਂ ਪ੍ਰੇਮ ਨਾਲ ਕਹੋ, ਕੀ ਕਹੋ? ਵਾਹ ਗੁਰੂ, ਵਾਹ ਗੁਰੂ। ਕਿਤੇ ਮਾਰੋ ਤਾਂ ਸਹੀ ਹੇਕ ਲਾ ਕੇ ਆਵਾਜ਼, ਵਾਹ ਗੁਰੂ। ਮਿਲੇਗਾ, ਮਿਲੇਗਾ। ਔਰ ਆਵਾਜ਼ ਆਏਗੀ ਉਧਰੋਂ, ਪੁੱਤ ਮੈਂ ਆ ਰਿਹਾ। ਹਾਂਜੀ, ਜੇ ਦਰ ਮੰਗਤ ਕੂਕ ਕਰੇ, ਜੇ ਦਰ, ਦਰ ਤੇ ਪਤਾ ਲੱਗ ਗਿਆ ਨਾ, ਉੱਥੇ ਬੈਠ ਕੇ ਕੂਕ ਦਿਓ ਤੇ ਮਹਿਲ ਦੇ ਵਿੱਚ ਖਸਮ ਸੁਣੇਗਾ ਸਾਡਾ ਮਾਲਕ। ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇਂ ਤੀਰਕ ਭਾਵੇਂ ਧੱਕੇ, ਇੱਕ ਵਡਿਆਈ ਦੇ, ਜਾਂ ਤਾਂ ਮੋੜ ਦੇਗਾ ਵਾਪਸ ਤੇ ਜਾਂ ਕੁਛ ਦੇ ਦੇਗਾ, ਪਰ ਗੁਰਮੁਖ ਦਰ ਨਹੀਂ ਛੱਡਦਾ। ਉਹ ਕਹਿੰਦੇ ਵਾਪਸ ਨਹੀਂ ਜਾਣਾ ਮੈਂ ਤੇ, ਮੈਨੂੰ ਤਾਂ ਮਸਾਂ ਦਰ ਲੱਭਿਆ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ, ਤੇ ਹੁਣ ਦਰ ਤੇ ਬੈਠਿਆ ਕਰੋ ਤੁਸੀਂ ਸਾਰੇ ਜਾਣੇ। ਲੱਗ ਗਿਆ ਪਤਾ ਜੀ ਕਿੱਥੇ ਦਰ? ਅੱਖਾਂ ਬੰਦ ਇੱਥੇ ਕੀਤੀਆਂ, ਪਲਕਾਂ ਇੱਥੇ ਬੰਦ, ਘੁੱਟਣੀਆਂ ਨੀ ਅੱਖਾਂ, ਤਾਂ ਨੂੰ ਨਹੀਂ ਚੜਾਉਣੀਆਂ, ਸਿਰਫ ਨੋਰਮਲ ਜਿਵੇਂ ਪੋਲੀਆਂ ਦੀਆਂ ਅੱਖਾਂ ਸੌਣ ਲੱਗੇ ਬੰਦ ਕਰ, ਇੱਥੇ ਅੱਖਾਂ ਬੰਦ ਕੀਤੀਆਂ, ਇੱਥੇ ਦੇਖੋ ਅੱਗੇ, ਇਹ ਆ ਦਰ, ਇੱਥੇ ਫਿਰ ਦਰਸ਼ਨ ਦੇਗਾ। ਤੇ ਜੇ ਕਾਹਲੀ ਜ਼ਿਆਦੇ ਦਰਸ਼ਨ ਕਰਨ ਦੀ ਤੇ ਬੈਠੋ ਫਿਰ ਜ਼ਿਆਦਾ ਸਮਾਂ, ਹੈਨੀ? ਜੇ ਪਿਆਰ ਹੋਇਆ ਤਾਂ ਬੈਠੋਗੇ, ਜੇ ਨਾ ਹੋਇਆ ਤਾਂ ਨਹੀਂ ਬੈਠੋਗੇ। ਹਰ ਭਗਤ ਹਰ ਕਾ ਪਿਆਰ ਹੈ, ਕੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ? ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੰਨ। ਕਹਿੰਦੇ ਹੁਣ ਪਿੱਛੇ ਨਾ ਸਾਡੀ ਪਿਆਰ ਵਾਲੀ ਭਗਤੀ ਕਰ, ਪਿਆਰ ਵਾਲੀ ਭਗਤੀ ਕਰ, ਪ੍ਰੇਮਾ ਭਗਤੀ ਕਰ, ਤੋ ਪਿਆਰ ਨਾਲ ਉਹਨੂੰ ਉਹਨੂੰ ਆਵਾਜ਼ ਦਿਓ, ਪਿਆਰ ਨਾਲ ਉਹਦੀ ਆਵਾਜ਼ ਨੂੰ ਸੁਣੋ, ਧੁਨ ਨੂੰ ਸੁਣੋ। ਤੇ ਪਿਆਰ ਨਾਲ ਜਿੱਦਣ ਤੁਸੀਂ ਦੇਖ ਲਿਆ ਨਾ, ਉਦਣ ਫਿਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਿਆਰ ਨਾਲ ਦੇਖਣਾ ਹੈ। ਉਹ ਅੱਖ ਬਣਾ ਲਿਓ ਤੇ ਦੇਖੀ ਜਾਇਆ, ਸਭ ਤੋਂ ਨੇੜੇ ਮਾਲਕ ਹੈ।
ਤੁਸੀਂ ਜੇ ਬੁੱਝਣਾ ਚਾਹੁੰਦੇ ਹੋ ਇੱਕ ਚੀਜ਼ ਬੁੱਝ ਲਓ ਵੀ ਸਾਹ ਕਿੱਥੋਂ ਆ ਰਿਹਾ। ਆ ਰਿਹਾ ਨਾ ਜੀ ਸਾਹ, ਆ ਦੇਖੋ ਸਾਹ ਆ ਰਿਹਾ, ਨੇੜਿਓਂ ਆ ਰਿਹਾ ਨਾ, ਨੱਕ ਚੋਂ ਅੰਦਰ ਬਾਹਰ ਜਾਂਦਾ। ਕਿੰਨੀ ਕੁ ਦੂਰੋਂ ਆ ਰਿਹਾ ਇਹ? ਨੇੜਿਓਂ ਆ ਰਿਹਾ ਨਾ। ਸਾਹ ਜਿੱਥੋਂ ਆ ਰਿਹਾ ਹੈ ਉੱਥੇ ਮਾਲਕ, ਉਹ ਕਿਉਂਕਿ ਸਾਹ ਮਾਲਕ ਦੇ, ਨਹੀਂ ਤਾਂ ਵਾਪਸ ਵੀ ਉੱਥੇ ਹੀ ਜਾ ਰਿਹਾ ਹੈ ਤੇ ਉੱਥੇ ਮਾਲਕ, ਤੇ ਉੱਥੇ ਦੇਖ ਲਓ ਤੇ ਤੁਹਾਨੂੰ ਦਰਸ਼ਨ ਹੋ ਜਾਣ। ਠੀਕ ਹੈ, ਤੇ ਜੇ ਨਾ ਪਤਾ ਲੱਗੇ ਤਾਂ ਪੁੱਛ ਲਿਓ। ਹਾਂਜੀ ਗੁਰਮੁਖ ਪਿਆਰੇ, ਉਹ ਸਮਾਂ ਹੋ ਗਿਆ ਜੀ, ਉਹ ਪਤਾ ਹੀ ਨਹੀਂ ਲੱਗਿਆ ਜੀ, 5 ਮਿੰਟ ਜ਼ਿਆਦਾ ਲੈ ਲਿਓ ਤੁਹਾਡੇ, ਖਿਆਲ ਹੀ ਨਹੀਂ ਕੀਤਾ ਇੱਧਰ। ਹਾਂਜੀ ਗੁਰਮੁਖ ਪਿਆਰੇ, ਉਹ ਹੁਣ ਸਮਾਪਤੀ ਕਰਦੇ ਹਾਂ। ਇੱਥੋਂ ਪਹਿਲਾਂ ਮੈਂ ਇੱਕ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਘਰੇ ਬੈਠੇ ਗਿਆਨ 'ਚ ਵਾਧਾ ਕਰਨਾ ਚਾਹੁੰਦੇ ਹੋ ਤੇ ਸਿੰਘਾਂ ਨੇ, ਮੈਨੂੰ ਕੁਛ ਨਹੀਂ ਆਉਂਦਾ ਜੀ, ਮੈਨੂੰ ਤਾਂ ਮਾੜਾ ਮੋਟਾ ਵਟਸਐਪ ਹੀ ਚਲਾਉਣਾ ਆਉਂਦਾ। ਇਹ ਬੱਚੇ ਜਿਹੜੇ ਪੜ੍ਹੇ ਲਿਖੇ ਨੇ, ਇਹਨਾਂ ਨੇ ਇੱਕ ਚੈਨਲ ਬਣਾਇਆ ਸੀ, ਉਹ ਚੈਨਲ ਦਾ ਨਾਂ ਰੱਖਿਆ ਸੀ ਗੁਰਮਤ ਮੈਡੀਟੇਸ਼ਨ। ਇਹ ਨਾਂ ਲਿਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ, ਤੇ ਉਹ ਕਿਹੜੇ ਬਚਨ ਸੀ? ਕਹਿੰਦੇ ਧਿਆਨ ਧਰੋ ਤੈ ਕੋ ਮਨ ਮੇ, ਜੈ ਕੋ ਅਮਦੋਜ ਸਭੇ ਜਗ ਛਾਇਓ। ਉਹ ਇਹ ਧਿਆਨ ਮੈਡੀਟੇਸ਼ਨ ਨੂੰ ਕਹਿੰਦੇ, ਮਾਲਕ ਨੂੰ ਮਿਲਣ ਦੇ ਵਾਸਤੇ ਮੈਡੀਟੇਸ਼ਨ ਕਰਨੀ। ਚੈਨਲ ਦਾ ਨਾਂ ਰੱਖਿਆ ਗੁਰਮਤ ਮੈਡੀਟੇਸ਼ਨ, ਉਹਨੂੰ ਤੁਸੀਂ ਚੈੱਕ ਕਰ ਲਓ, ਕੀ ਕਹਿੰਦੇ ਹੁੰਦੇ ਉਹਨੂੰ, ਸਬਸਕ੍ਰਾਈਬ ਕਰ ਲਓ। ਐਤਵਾਰ ਨੂੰ 11 ਤੋਂ 1 ਵਜੇ ਤੱਕ ਲਾਈਵ ਵੀ ਹੁੰਦੇ ਹਾਂ ਅਸੀਂ, ਅਤੇ 24 ਘੰਟੇ ਵੀ ਚੱਲਦਾ ਗੁਰਮਤ ਮੈਡੀਟੇਸ਼ਨ ਟੈਲੀਗ੍ਰਾਮ 24 ਘੰਟੇ। ਤੁਸੀਂ ਉਹਦੇ ਵਿੱਚ ਵੀ ਸਿਮਰਨ ਕਰਾ ਸਕਦੇ ਹੋ, ਪਹਿਲਾਂ ਸਿੱਖ ਲਓ, ਟ੍ਰੇਨਿੰਗ ਲੈ ਲਓ, ਹੈ ਨਾ। ਅਤੇ ਐਤਵਾਰ ਨੂੰ ਸਾਡੇ ਨਗਰ ਪਿੰਡ ਗੁਰੂਸਰ, ਕਿਉਂਕਿ ਨਾਨਸਰ ਦੇ ਉਰਲੇ ਪਾਸੇ ਨਾਲ ਹੀ, ਉੱਥੇ ਵੀ ਆ ਸਕਦੇ ਹੋ, ਗਿਆਨ 'ਚ ਵਾਧਾ ਕਰ ਸਕਦੇ ਹੋ। ਅਤੇ ਗੁਰਮੁਖ ਪਿਆਰੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵਿਚਾਰ ਕੀਤੀ ਗਈ ਹੈ। ਸਾਲ 'ਚ ਇੱਕ ਵਾਰੀ ਅੰਮ੍ਰਿਤ ਸੰਚਾਰ ਹੁੰਦਾ ਹੈ, ਉਹ ਵੀ ਮੈਂ ਦੱਸ ਦਿਆਂ, ਉਹ ਹੁੰਦਾ ਹੈ ਫਰਵਰੀ ਮਹੀਨੇ 'ਚ, 20 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ। 23 ਫਰਵਰੀ ਨੂੰ ਅੰਮ੍ਰਿਤ ਸੰਚਾਰ, ਖੰਡੇ ਬਾਟੇ ਦੀ ਦਾਤ ਤਿਆਰ ਹੁੰਦੀ ਹੈ, ਜਿਹੜੇ ਉਸ ਅਵਸਥਾ 'ਚ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਦਾਤ ਦਿੱਤੀ ਜਾਂਦੀ ਹੈ, 5 ਪਿਆਰੇ ਗੁਰਮੁਖ ਤਿਆਰ ਹੁੰਦੇ ਨੇ। ਅਤੇ ਇਹ ਸਾਰੀ ਤਰਤੀਬ ਬਣਾਈ ਹੋਈ ਹੈ, ਤਾਂ ਦੱਸੀ ਹੈ ਵੀ ਕਈ ਵਾਰੀ ਤੁਹਾਡੇ 'ਚੋਂ ਕਿਸੇ ਨੂੰ ਚਾਹ ਹੋਵੇ, ਹੈ ਨਾ, ਕਿ ਉਹ ਸੰਪਰਕ ਕਰ ਸਕਦਾ ਗੁਰਮੁਖਾਂ ਦੇ ਨਾਲ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਵਿਚਾਰ ਕੀਤੀ ਗਈ। ਅੱਜ ਜੋ ਸਹਿਯੋਗ ਬਣਿਆ ਹੈ ਤੁਹਾਡੇ ਦਰਸ਼ਨ ਕਰਨ ਦਾ ਸੰਗਤ ਦੇ, ਉਹ ਬਣਿਆ ਭਾਈ ਕੁਲਵੀਰ ਸਿੰਘ ਦੇ ਰਾਹੀਂ। ਭਾਈ ਕੁਲਵੀਰ ਸਿੰਘ ਜੀ ਉੱਥੇ ਸਾਡੇ ਰਿਕਾਰਡਿੰਗ ਦੀ ਸੇਵਾ ਕਰਦੇ ਨੇ, ਬਹੁਤ ਜ਼ਿਆਦਾ ਮਿਹਨਤ ਕਰਦੇ ਬੱਚਾ, ਮਾਲਕ ਕਿਰਪਾ ਕਰੇ, ਚੜ੍ਹਦੀ ਕਲਾ ਰੱਖੀ ਇਹਨਾਂ ਨੂੰ। ਇਹਨਾਂ ਨੇ ਫਿਰ ਸਾਨੂੰ ਅੱਜ ਦੁਪਹਿਰੇ ਕਿਹਾ, ਕਹਿੰਦੇ ਜੀ ਤੁਸੀਂ ਆ ਸਕਦੇ? ਮੈਂ ਹਾਂਜੀ ਅਸੀਂ ਆ ਗਏ। ਅਤੇ ਜਿਹੜਾ ਬੱਚਾ ਡਿਊਟੀ ਕਰਦਾ ਉਹ ਅੱਧੀ ਰਾਤ ਨੂੰ ਵੀ ਸੱਦੇ, ਅਸੀਂ ਉਦੋਂ ਵੀ ਆਵਾਂਗੇ, ਭਾਵੇਂ ਉਹ ਦੁਨਿਆਵੀ ਕੰਮ ਹੋਵੇ ਭਾਵੇਂ ਪ੍ਰਚਾਰ ਦਾ ਕੰਮ ਹੋਵੇ। ਠੀਕ ਹੈ ਜੀ, ਇਹ ਸਿੰਘਾਂ ਨਾਲ ਵਾਅਦਾ ਸਾਡਾ, ਜਿਹੜੇ ਸੱਚ ਦਾ ਪ੍ਰਚਾਰ ਕਰਦੇ ਨੇ ਅਤੇ ਨਾਲ ਮਦਦ ਕਰਦੇ। ਇਹ ਬੱਚਾ ਬਹੁਤ ਮਦਦ ਕਰਦਾ, ਹਰ ਐਤਵਾਰ ਨੂੰ ਉੱਥੇ ਰਿਕਾਰਡਿੰਗ ਕਰਕੇ ਲਿਆਉਂਦਾ, ਫਿਰ ਵਿਚਾਰਾ ਪਾਉਂਦਾ। ਭਾਈ ਕੁਲਵੀਰ ਸਿੰਘ ਜੀ ਦਾ ਧੰਨਵਾਦ, ਸਾਰੀ ਸੰਗਤ ਜਿੰਨੀ ਤੁਸੀਂ ਬੈਠੇ ਹੋ ਸਾਰਿਆਂ ਦਾ ਧੰਨਵਾਦ। ਕਦੀ ਇਹ ਨਹੀਂ ਮਹਿਸੂਸ ਕਰਨਾ ਵੀ ਸੰਗਤ ਜ਼ਿਆਦਾ ਨਹੀਂ ਆਈ, ਨਾ ਨਾ ਨਾ, ਪਰ ਸੁਣਨ ਵਾਲੇ ਭਾਵੇਂ ਥੋੜ੍ਹੇ ਹੋਣ, 1 ਤੇ 1 11, ਅਤੇ ਆਪਾਂ ਕਥਾ ਸ਼ੁਰੂ ਕਰ ਦੇਣੀ। ਠੀਕ ਹੈ ਜੀ, ਕਈ ਜਗ੍ਹਾ 'ਤੇ ਅਸੀਂ ਖੁਦ ਦਰੀਆਂ ਵਿਛਾ ਕੇ ਵਿਛਾਉਣੇ, ਕੋਈ ਨਹੀਂ ਆਇਆ ਹੁੰਦਾ, ਅਤੇ ਆਪੇ ਹੀ ਆ ਜਾਂਦੇ ਜਿਹਨੂੰ ਲਿਆਉਣਾ ਮਾਲਕ ਨੇ ਲਿਆ। ਠੀਕ ਹੈ ਨਹੀਂ, ਕੋਈ ਵਡਿਆਈ ਨਹੀਂ, ਕੋਈ ਉਪਮਾ ਨਹੀਂ, ਉਸ ਅਕਾਲ ਪੁਰਖ ਦੀ ਵਡਿਆਈ ਉਪਮਾ ਚਾਹੁੰਦੇ ਹਾਂ। ਠੀਕ ਹੈ ਨਹੀਂ, ਉਹਦੇ ਨਾਲੋਂ ਵਿਛੜੇ ਉਹਨੂੰ ਮਿਲਣਾ ਚਾਹੁੰਦੇ ਹਾਂ,
ਤੇ ਉਹਦਾ ਹੀ ਪ੍ਰਚਾਰ ਕਰਦੇ ਹਾਂ ਤੇ ਕਰਨਾ ਇਹ ਡਿਊਟੀ ਕਰਦੇ ਹਾਂ ਮਾਲਕ। ਸੋ ਗੁਰਮੁਖ ਪਿਆਰਿਓ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਖਜ਼ਾਨਾ ਲਿਆ ਤੇ ਗੁਰੂ ਮਹਾਰਾਜ ਦਾ ਧੰਨਵਾਦ, ਜੋ ਸ਼ਬਦ ਗੁਰਬਾਣੀ ਚੋਂ ਲਏ ਨਾ ਇਹ ਖਜ਼ਾਨਾ ਹੈ, ਇੱਕ ਇਹਦੀ ਬਹੁਤ ਵੱਡਾ ਖਜ਼ਾਨਾ, ਇਹ ਖਜ਼ਾਨਾ ਗੁਰੂ ਦਾ ਵਰਤਿਆ ਤੇ ਉਹਨਾਂ ਦਾ ਧੰਨਵਾਦ, ਅਕਾਲ ਪੁਰਖ ਜੀ ਦਾ ਧੰਨਵਾਦ ਜਿਹਨਾਂ ਨੇ ਸਮਾਂ ਬੰਨਿਆ ਆਪਣਾ ਸਾਰਿਆਂ ਨੂੰ ਇਕੱਠਿਆ ਕੀਤਾ। ਸੋ ਸਾਰਿਆਂ ਦਾ ਧੰਨਵਾਦ ਜੀ। ਜਦੋਂ ਗੁਰਬਾਣੀ ਚੋਂ ਵਿਚਾਰ ਕਰਦੇ ਹਾਂ ਕੋਈ ਨਾ ਕੋਈ ਗਲਤੀ ਹੁੰਦੀ ਹੈ, ਗਲਤੀ ਕੀ ਹੁੰਦੀ ਹੈ ਕਿ ਸ਼ਬਦ ਲੱਗ ਮਾਤਰ ਕੋਈ ਅੱਗੇ ਪਿੱਛੇ ਹੋ ਜਾਵੇ, ਕਿਉਂਕਿ ਆਪਾਂ ਕਿਹੜਾ ਵੇਖ ਕੇ ਕਰ, ਜਵਾਨੀ ਹੈ ਤੇ ਕੋਈ ਨਾ ਕੋਈ ਹੋ ਜਾਂਦਾ ਸ਼ਬਦ ਦਾ, ਜੇ ਇਸ ਤਰ੍ਹਾਂ ਦੀ ਕੋਈ ਗਲਤੀ ਹੋ ਜਾਂਦੀ ਆ। ਗੁਰੂ ਘਰ ਦੇ ਵਿੱਚ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੁੰਦੇ, ਜੇ ਮਾਲਕ ਦੇ ਇਸ ਪੁੱਤ ਤੋਂ ਕੋਈ ਗਲਤੀ ਹੋ ਗਈ ਹੋਵੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਤਿ ਸ੍ਰੀ ਅਕਾਲ।